ਪਸ਼ੂਆਂ ਵਾਂਗੂ ਹੀ ਸਾਨੂੰ ਕਰ ਦਿੰਦੇ ਵੀ ਸਾਨੂੰ ਇਹ ਇੱਧਰ ਲੈ ਆਉਂਦੇ ਉਹਨਾਂ ਨੂੰ ਇੱਧਰ ਦੇ ਜੇ ਅਦਲੀ ਬਦਲੀ ਕਰਨੀ ਤਾਂ ਕਿਸ ਤਰੀਕੇ ਨਾਲ ਕਰ ਇਹਨੀ ਉਜਾੜ ਲਏ ਤੱਕੇ ਉਸਨੇ ਉਜਾੜ ਦਿੱਤੇ 13 ਕਿੱਲੇ ਜ਼ਮੀਨ ਦੇ ਸਾਨੂੰ ਪਏ 100-150 ਕਿੱਲੇ ਦੇ ਵਿੱਚ ਸਾਡੇ ਪਰਿਵਾਰ ਦੇ 23 ਜੀ ਮਰੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਚੱਕ ਸੈਂਤੀ ਦੋ ਹੋਰ ਵੀ ਸਨ ਪਰ ਇਸ ਨੂੰ ਸਿੱਖਾਂ ਵਾਲੀ ਸੈਂਤੀ ਕਿਹਾ ਜਾਂਦਾ ਸੀ ਸਰਦਾਰ ਸਰਵਣ ਸਿੰਘ ਦਾ ਪਿਤਾ ਅਰਜਨ ਸਿੰਘ ਇਸ ਇਲਾਕੇ ਦਾ ਸਿਰ ਕੱਢਵਾਂ ਜ਼ਿਮੀਂਦਾਰ ਸੀ ਅਰਜਨ ਸਿੰਘ ਨੇ ਇਹ ਚੱਕ ਮੁੱਲ ਖਰੀਦਿਆ ਸੀ ਇੱਥੇ ਉਸ ਦਿਨ ਇਕੱਲਾ ਇਹ ਪਰਿਵਾਰ ਹੀ ਨਹੀਂ ਬਲਕਿ ਸਹਾਰਾ ਤੱਕ ਕੇ ਆਏ ਨੇੜਲੇ ਪਿੰਡਾਂ ਦੇ ਕੁਝ ਹੋਰ ਲੋਕ ਵੀ ਠਹਿਰੇ ਹੋਏ ਸਨ ਪਰ ਬਦਕਿਸਮਤੀ ਨਾਲ ਅਰਜਨ ਸਿੰਘ ਆਪਣੀ ਜਾਨ ਵੀ ਨਹੀਂ ਬਚਾ ਸਕਿਆ ਇਹ ਤਿੰਨ ਸੈਂਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਇਹ ਇੱਕ ਪਠਾਣਾ ਵਾਲੀ ਸੈਂਤੀ ਅਸੀਂ ਮੁੱਲ ਲਈ ਸੀ ਇਹਦੇ 13 ਮਰਬੇ ਸੀ ਜਿਹੜੀ ਫਕੀਰ ਸਾਹਿਬ ਵਾਲੀ ਸੀ ਉਹਦੇ 10 ਮਰਬੇ ਸੀ ਜਿਹੜੀ ਪਹਿਲੀ ਸੀ ਉਹਦੇ 14 ਮਰਬੇ ਸੀ ਦੋ ਨਾ ਹੋ ਰਹੀਆਂ ਤਾਂ ਤੀਜੀ ਇਹਨੂੰ ਸਿੱਖਾਂ ਵਾਲੀ ਸੈਂਤੀ ਕਿਹਾ ਜਾਂਦਾ ਇੱਥੇ ਅਸੀਂ ਸਿਰਫ 8 ਘਰ ਸੀ ਤਿੰਨ ਸਾਡੇ ਬਾਪ ਦੋ ਬਾਪੂ ਜੀ ਹੋਣਾਂ ਦੇ ਮਾਸੀ ਦੇ ਪੁੱਤ ਮੀਹਾਂ ਤੋਂ ਤਾਂ ਧਰਮ ਤੋਂ ਅਤੇ 3 ਘਰ ਮੋਰਾਂ ਵਾਲੀਆਂ ਦੇ ਸੀਗੇ ਗੁੱਜਰ ਸੋਂ ਠਾਕਰ ਸੋਂ ਅਤੇ ਕਿਸ਼ਨ ਸੋਂ ਅਤੇ ਸਾਧੂ ਸੋਂ ਬਾਕੀ ਕੁਛ ਬੰਦੇ ਜਿਹੜੇ ਸੀ ਇਸ ਪਿੰਡ ਨੂੰ ਤਕੜਾ ਸਮਝ ਕੇ ਅਤੇ ਹੋਰ ਲੋਕ ਵੀ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਸਾਡੀ ਸੈਂਤੀ ਵਾਲੇ ਮਦਦ ਕਰਨਗੇ ਉਹ ਲੋਕ ਵੀ ਵਿੱਚ ਮਾਰੇ ਗਏ ਜਦੋਂ ਸਰਦਾਰ ਸਰਵਣ ਸਿੰਘ ਚੱਕ ਛੇਤਰ ਵਿੱਚ ਮੱਝ ਛੱਡਣ ਗਏ ਹੋਏ ਸਨ ਤਾਂ ਪਿੱਛੋਂ ਚੱਕ ਸੈਂਤੀ 'ਤੇ ਹਮਲਾ ਕੀਤਾ ਗਿਆ ਸੀ ਪਹਿਲੇ ਹੱਲੇ ਵਿੱਚ ਸਰਵਣ ਸਿੰਘ ਦੇ ਚਾਚੇ ਦਾ ਪੁੱਤ ਸੁਰੈਣ ਸਿੰਘ ਅਤੇ ਇਹਨਾਂ ਦਾ ਇੱਕ ਸੀਰੀ ਰੇਸ਼ਮ ਸਿੰਘ ਮਾਰੇ ਗਏ ਸਨ ਹਮਲਾਵਰ ਸ਼ੱਪ ਖਾਨ ਮਿਲਟਰੀ ਰੰਗ ਦੀ ਜੀਪ ਵਿੱਚ ਸਵਾਰ ਹੋ ਕੇ ਆਇਆ ਸੀ ਸਾਡੇ ਜਿਹੜੇ ਇੱਧਰ ਲੋਕਲ ਮੁਸਲਮਾਨ ਸੀ ਆਪਣੇ ਪੰਜਾਬੀ ਇਹਨਾਂ ਨੇ ਸਾਡੇ 'ਤੇ ਹਮਲਾ ਨਹੀਂ ਕੀਤਾ ਇਹਨਾਂ ਦੇ ਵਿੱਚੋਂ ਇੱਕੋ ਸ਼ਾਫਾ ਆਇਆ ਪਠਾਣਾ ਦਾ ਮੁੰਡਾ ਉਹ ਫੌਜੀ ਸੀ ਉਹਨੂੰ ਗੋਲੀ ਚਲਾਈ ਉਹਨੂੰ ਮਾਰਿਆ ਸਰੈਣ ਸੋਂ ਤਾਂ ਚੀਰ ਮੇਰੇ ਭਰਾ ਨੇ ਮਾਰਿਆ ਸ਼ਾਫਾ ਇੱਥੋਂ ਫਿਰ ਇਹਨਾਂ ਨਾਲ ਥੋੜ੍ਹਾ ਜਿਹਾ ਉਧਰੋਂ ਹੋ ਗਏ ਸੀਗੇ ਵੀ ਇਹ ਤਾਂ ਨਿਕਲੇ ਅਸੀਂ ਮੂਹਰੇ ਕਹਿੰਦੇ ਬਈ ਦੇਖੀਏ ਵੀ ਆਪਣੀ ਆ ਗਏ ਮੈਂਟਰੀ ਆਪਣੀ ਆ ਗਈ ਸਰੈਣ ਸੋਂ ਦੇ ਗੋਲੀ ਫੇਕ ਚੀਰ ਦੇ ਲੱਗੀ ਗੋਲੀ ਇਹਨਾਂ ਦਾ ਤੇ ਫੇਰ ਉੱਥੇ ਗੱਡੇ ਗੁੱਡੇ ਛਤੀਰੀਆਂ ਛਤੂਰੀਆਂ ਪਈਆਂ ਸੀ ਕੋਲੀਆਂ ਖਾਲੀਆਂ ਪਾ ਕੇ ਇਹਨਾਂ ਦਾ ਦੋਹਾਂ ਦਾ ਸੰਸਕਾਰ ਕਰਤਾ ਇਸ ਹਮਲੇ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਦਹਿਸ਼ਤ ਫੈਲ ਗਈ ਪਰਿਵਾਰ ਆਪਣੇ ਬਚਾਅ ਦੇ ਉਪਰਾਲੇ ਅਜੇ ਕਰ ਹੀ ਰਿਹਾ ਸੀ ਕਿ ਅਚਾਨਕ ਦੂਜੀ ਵਾਰ ਫੇਰ ਹਮਲਾ ਹੋ ਗਿਆ ਇਸ ਵਾਰ ਬੇਪਤੀ ਤੋਂ ਬਚਣ ਲਈ ਸਰਵਣ ਸਿੰਘ ਦੀਆਂ ਦੋ ਸਕੀਆਂ ਭੈਣਾਂ ਨੇ ਘਰ ਦੇ ਵਿਹੜੇ ਵਿੱਚ ਪਈਆਂ ਛਿਟੀਆਂ ਦੇ ਢੇਰ ਨੂੰ ਅੱਗ ਲਾ ਕੇ ਵਿੱਚ ਛਾਲਾਂ ਮਾਰ ਦਿੱਤੀਆਂ ਸਨ ਛੱਡ ਗਈਆਂ ਦੋ ਭੈਣਾਂ ਜਿਹੜੀਆਂ ਵੱਡੀਆਂ ਸੀ ਉਹਨੇ ਫਿਰ ਛਿਟੀਆਂ ਦੇ ਢੇਰ ਨੂੰ ਅੱਗ ਲਾ ਵੀ ਇਹ ਇਹਨਾਂ ਦੇ ਨਹੀਂ ਆਉਣ ਮੇਰੀਆਂ ਭੈਣਾਂ ਉਹਨਾਂ ਨੇ ਖੁਦਕੁਸ਼ੀ ਕਰ ਲਈ ਮੇਰੇ ਤੋਂ ਛੋਟੀਆਂ ਸੀ ਛਿਟੀਆਂ ਹੁੰਦੀਆਂ ਸੀ ਨਾ ਉਹ ਸਾਡੇ ਆਪਣੇ ਹੱਥੇ 'ਚ ਹੀ ਹੁੰਦੀਆਂ ਸੀ ਬਾਲਣ ਜਿਹੜਾ ਆਪਾਂ ਰੋਟੀਆਂ ਪਕਾਉਂਦੇ ਹਾਂ ਉਹ ਹੱਥੇ 'ਚ ਬਾਹਰੋਂ ਖੇਤਾਂ 'ਚੋਂ ਲਿਆ ਕੇ ਹੱਥੇ 'ਚ ਰੱਖ ਲੈਣਾ ਕਹਿ ਹੀ ਲੈਣਾ ਇਹ ਖੁਸ਼ੀ ਛਾਲਾ ਮਾਰਨੀ ਖਾਲਾ ਜੀ ਤਾਂ ਬੜਾ ਛਿਟੀਆਂ ਨੂੰ ਢੇਰਾਂ ਨੂੰ ਅੱਗਾਂ ਲਾ ਕੇ ਆਪ ਛਾਲਾਂ ਵਿੱਚ ਮਾਰੀਆਂ ਦੂਜੇ ਹਮਲੇ ਨਾਲ ਪਰਿਵਾਰ ਵਿੱਚ ਭਾਜੜ ਪੈ ਗਈ ਸੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਜ਼ਿਲ੍ਹਾ ਮਿੰਟ ਕੁਮਰੀ ਅਤਿ ਸੰਵੇਦਨਸ਼ੀਲ ਇਲਾਕਿਆਂ 'ਚੋਂ ਇੱਕ ਸੀ ਪਰ ਇੱਥੇ ਵੀ ਪੀੜਤਾਂ ਦੇ ਬਚਾਅ ਲਈ ਦੂਰ ਦੂਰ ਤੱਕ ਫੌਜ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਦਿਸ ਰਿਹਾ 37-12 ਮਿਲਟਰੀ ਦਾ ਕੋਈ ਬੰਦਾ ਨਹੀਂ ਇਹ ਮਿੰਟ ਕੁਮਰੀ ਜ਼ਿਲ੍ਹਾ ਅਸੀਂ ਜਿਹੜੇ ਪਿੰਡ ਦੇ ਵਿੱਚ ਸੀਗੇ ਉਹਦੇ ਵਿੱਚ ਜਿਹੜਾ 12 ਆਉਂਦਾ ਸੀ ਉਹ ਵੱਡੀ ਨਹਿਰ 'ਚੋਂ 14 'ਚੋਂ ਨਿਕਲ ਕੇ ਆਇਆ ਅਤੇ ਉਹ ਸਾਨੂੰ ਕੁਤਰ ਕਰ ਜਾਂਦਾ ਸੀ ਇੱਕ ਪਾਸੇ ਦੋ ਨਹਿਰਾਂ ਆ ਗਈਆਂ ਇੱਕ ਪਾਸੇ ਜ਼ਖੀਰਾ ਸੀ ਨਾਲ ਰੇਲਵੇ ਲਾਈਨ ਜਿਹੜੀ ਕਿ
ਕਰਾਚੀ ਤੋਂ ਚੱਲ ਕੇ ਲਾਹੌਰ ਤੱਕ ਆਉਂਦੀ ਸੀ। ਸਾਡਾ ਉੱਥੇ ਲੁਕਣ ਦਾ ਜਾਣੀ ਕੋਈ ਸਾਧਨ ਨਹੀਂ ਸੀ। ਆਪਣੀਆਂ ਫਸਲਾਂ ਜਿਹੜੇ ਕਮਾਦ ਬਹੁਤ ਭਰੇ ਉਹਨਾਂ ਦੇ ਵਿੱਚ ਵੀ ਬੰਦੇ ਲੁਕੇ, ਜਿਹੜੇ ਕੋਈ ਬਚੇ। ਸਾਡਾ ਤਾਂ ਸਿਰਫ ਇੱਕ ਤਾਏ ਦਾ ਪੁੱਤ ਬਚਿਆ ਉੱਥੋਂ, ਇੱਕ ਮੇਰੀ ਭਰਜਾਈ, ਇੱਕ ਭਤੀਜਾ। ਚੱਕ ਸੈਂਤੀ ਵਿੱਚ ਪਰਿਵਾਰ ਕੋਲ ਕੋਈ ਚੰਗਾ ਹਥਿਆਰ ਨਹੀਂ ਸੀ। ਸਰਵਣ ਸਿੰਘ ਦੇ ਤਾਏ ਦਾ ਪੁੱਤ ਹਰਬੰਸ ਸਿੰਘ ਇਸ ਦਿਨ ਚੱਕ 69 ਵਿੱਚ ਹਥਿਆਰ ਲੈਣ ਗਿਆ ਹੋਇਆ ਸੀ। ਜੇ ਉਹ ਹਥਿਆਰ ਲੈ ਕੇ ਸਮੇਂ ਸਿਰ ਪਹੁੰਚ ਜਾਂਦਾ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ, ਜਾਂ ਫਿਰ ਖੌਰੇ ਹੋਣੀ ਨੇ ਸਿਰਫ ਹਰਬੰਸ ਸਿੰਘ ਨੂੰ ਹੀ ਬਚਾਉਣਾ ਸੀ। ਹੁਣ ਇਹ ਸਭ ਅਟਕਲਾਂ ਹੀ ਹਨ। ਘਰ ਦੀਆਂ ਔਰਤਾਂ ਨੂੰ ਆਪਣੇ ਬਚਣ ਦੀ ਕੋਈ ਉਮੀਦ ਨਹੀਂ ਸੀ ਬਚੀ। ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਦਾ ਆਖਰੀ ਹਥਿਆਰ ਵਰਤਿਆ। ਉਹਨਾਂ ਦੇ ਇਸ ਫੈਸਲੇ ਦਾ ਪਰਛਾਵਾਂ ਉਹਨਾਂ ਦੇ ਬੱਚਿਆਂ 'ਤੇ ਵੀ ਪਿਆ। ਪਰ ਫਿਰ ਉੱਧਰੋਂ ਉੱਧਰ ਹੀ ਵੱਢ ਵਡਾਂਗਾ ਸ਼ੁਰੂ ਹੋ ਗਿਆ। ਜਿਹੜੀ ਸਾਡੀ ਮਾਈ ਸੀ, ਇਹਦਾ ਖੂਹੀ ਸੀ ਸਾਡੇ ਵਿਹੜੇ 'ਚ ਹਫ਼ਤੇ 'ਚ ਹਲਟੀ, ਉਹਦੇ 'ਚ ਖੂਹੀ 'ਚ ਸਿੱਟੀ ਗਏ। ਫਿਰ ਵੀ ਮਗਰ ਆਪ ਛਾਲਾ ਮਾਰ ਦੇਵਾਂਗੇ, ਮਰ ਜਾਵਾਂਗੇ, ਵੀ ਆਤਮ ਹੱਤਿਆ ਕਰ ਲੈਣੀ। ਖੂਹਾਂ ਜਾਂ ਨਹਿਰਾਂ 'ਚ ਛਾਲਾਂ ਮਾਰਨ ਦਾ ਇਹ ਕੋਈ ਪਹਿਲਾ ਜਾਂ ਆਖਰੀ ਵਾਕਾ ਨਹੀਂ ਸੀ। ਜ਼ਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਹਠੂਰ ਵਿਖੇ ਦੋ ਮੁਸਲਮਾਨ ਔਰਤਾਂ ਨੇ ਆਪਣੇ ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਮੁਸਲਮਾਨੀ ਨੇ ਦੋਵਾਂ ਨੇ ਆਪਦਾ ਨਾਲ ਹੀ ਜਵਾਬ ਲੈ ਕੇ ਛਾਲ ਮਾਰੀ ਅਤੇ ਇਸ ਤਰ੍ਹਾਂ ਡਰਦੀਆਂ ਨੇ ਮੁਸਲਮਾਨੀਆਂ, ਗੁੱਜਰੀਆਂ ਬਹੁਤ ਮਰੀਆਂ। ਅਜਿਹੀ ਹੀ ਇੱਕ ਘਟਨਾ ਚੜ੍ਹਦੇ ਪੰਜਾਬ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਕਲਾਂ ਵਿੱਚ ਵਾਪਰੀ ਸੀ। ਮੁਸਲਮਾਨ ਫਿਰਕੇ ਦੇ 18 ਮਰਦ ਅਤੇ ਔਰਤਾਂ ਨੇ ਆਪਣੇ ਆਪ ਨੂੰ ਸਮੂਹਿਕ ਰੂਪ ਵਿੱਚ ਪੱਗਾਂ ਅਤੇ ਚੁੰਨੀਆਂ ਨਾਲ ਬੰਨ੍ਹ ਕੇ ਖੂਹ ਵਿੱਚ ਛਾਲ ਮਾਰ ਦਿੱਤੀ। ਇੱਕ ਪਰਿਵਾਰ ਸਾਡਾ ਖੂਹ ਸੀ ਰੋਹੀ ਜੀ, ਉਹਦੇ 'ਤੇ ਜਾ ਕੇ ਉਹਨਾਂ ਪੱਗਾਂ ਨਾਲ ਆ ਕੇ ਬੰਨ੍ਹ ਲਈਆਂ, ਇੱਕ ਦੂਏ ਨੇ ਦੂਏ ਨਾਲ ਔਰਤਾਂ ਨੇ ਚੁੰਨੀਆਂ ਬੰਨ੍ਹ ਲਈਆਂ, ਬੰਨ੍ਹ ਕੇ ਸਾਰਾ ਗਰੁੱਪ ਇਕੱਠਾ ਹੋ ਕੇ ਸਾਰੇ ਉਹ ਇੱਕਦਮ ਛਾਲ ਮਾਰੀ ਖੂਹ 'ਚ। ਤਾਂ ਅੱਜ ਸੁਬਾਹ ਜਾਂ ਬਜ਼ੁਰਗ ਗਏ, ਉਹਨਾਂ ਨੇ ਦੇਖਿਆ ਖੂਹ ਭਰਿਆ ਪਿਆ, ਉਹਨੇ ਪਿੰਡੋਂ ਬੰਦੇ ਇਕੱਠੇ ਕਰੇ, ਉਹ ਕੱਢਣੇ ਸ਼ੁਰੂ ਕਰਤੇ। ਉਹ ਬੰਦੇ ਕੱਢ ਕੇ ਫਿਰ ਉਹ ਉੱਥੇ ਜਿਵੇਂ ਦਫਨਾਉਂਦੇ ਨੇ ਮੁਸਲਮਾਨ। ਇਹ ਰੁੜਕੀ ਦਾ ਵਾਕਾ ਜੀ, ਸਾਡੇ ਆਪਣੇ ਪਿੰਡ, ਇਹ ਸਾਡਾ ਖੂਹ ਸੀ ਆਪਣਾ। ਉਹ ਫਿਰ ਅਸੀਂ ਇਹ ਮੇਰਾ ਅੱਖੀਂ ਦੇਖਿਆ ਵਾਕਾ, ਮੈਨੂੰ ਐਂ ਵੀ ਪਤਾ ਮੈਨੂੰ ਕਬਰਾਂ ਕਿੱਥੇ ਨੇ ਉਹ, ਕਿਉਂਕਿ ਸਾਡੇ ਹੀ ਖੱਤਿਆਂ 'ਚ ਨੇ ਉਹ। ਮੌਤ ਦੇ ਇਸ ਝੱਖੜ ਵਿੱਚ ਇੱਕ ਮਿਸਾਲ ਇਨਸਾਨੀਅਤ ਦੀ ਵੀ ਮਿਲਦੀ ਹੈ। ਜਿਹੜੀ ਬਾਪੂ ਜੀ ਉਹਨਾਂ ਦੀ ਮਾਸੀ ਸੀ, ਉਹ ਬਹੁਤ ਬਿਰਧ ਹੋ ਚੁੱਕੀ ਸੀ। ਉਹ ਮਾਈ ਦਾ ਕਿਰ ਥੱਲੇ ਮੰਜਾ ਅਤੇ ਕੋਲ ਉਹਦੇ ਪਾਣੀ, ਉਹਨੂੰ ਕਿਸੇ ਨੇ ਉਸਲੇ ਤੱਕ ਮਾਰਿਆ ਨੇ। ਇਸ ਹਮਲੇ ਦੌਰਾਨ ਸਰਵਣ ਸਿੰਘ ਦਾ ਭਰਾ ਸੋਹਣ ਸਿੰਘ, ਜੋ ਉਸ ਸਮੇਂ 21 ਸਾਲ ਦਾ ਗੱਭਰੂ ਸੀ, ਮਾਰਿਆ ਗਿਆ। ਜਦੋਂ ਸਰਵਣ ਸਿੰਘ ਦੀ ਮਾਤਾ ਬੰਤ ਕੌਰ ਨੂੰ ਖੂਹ ਵਿੱਚੋਂ ਜਿੰਦਾ ਕੱਢ ਕੇ ਬਾਹਰ ਬਿਠਾਇਆ ਤਾਂ ਉਹਦੇ ਸਾਹਮਣੇ ਉਸਦੇ ਪੁੱਤਰ ਸੋਹਣ ਸਿੰਘ ਦੀ ਲਾਸ਼ ਪਈ ਸੀ। ਬੰਤ ਕੌਰ ਇਸ ਦ੍ਰਿਸ਼ ਨੂੰ ਬਰਦਾਸ਼ਤ ਨਾ ਕਰ ਸਕੀ। ਸੋਹਣ ਸਿੰਘ ਉਹਨਾਂ ਵੇਲਿਆਂ ਵਿੱਚ 10ਵੀਂ ਪੜ੍ਹਿਆ ਸੀ। ਇਹ ਤਾਂ ਜਿਹੜੀਆਂ ਸਾਡੀਆਂ ਮਾਵਾਂ, ਇਹ ਸਾਰੀਆਂ ਖੂਹਾਂ 'ਚ ਛਾਲਾਂ ਮਾਰੀਆਂ। ਚਾਚੀ ਦਾ ਮੱਥਾ ਮਹਿਲ 'ਚ ਲੱਗਾ, ਚਾਚੀ ਮਰ ਗਈ, ਕਰਤਾਰ ਕੌਰ ਮਰ ਗਈ, ਮਾਂ ਸਾਡੀ ਜਿੰਦੀ ਕੱਢ ਲਈ ਖੂਹ ਦੇ ਵਿੱਚੋਂ, ਖੂਹੀ ਭਰ ਗਈ ਨਾ, ਬੱਚੇ ਵੀ ਸਿੱਟੇ, ਮਾਂ ਸਾਡੀ ਨੂੰ ਕੱਢਿਆ, ਬੁਰੇ ਸੋਹਣ ਸੋ ਮਰਿਆ ਪਿਆ ਸੀ। ਨੂਰਾਂ ਨੇ ਫਿਰ ਆਣ ਕੇ ਦੱਸਿਆ, ਨੂਰਾਂ ਨੌਕਰ ਹੁੰਦੇ ਸੀ, ਉਹਨੀ ਸਾਡੇ ਜਿਹੜੇ ਮਾਲ ਡੰਗਰ ਬਹੁਤ ਜ਼ਿਆਦਾ ਰੱਖਦੇ ਸੀ, ਕਿਉਂ ਤਿੰਨਾਂ ਮੁਰੱਬਿਆਂ ਦੇ ਵਿੱਚ ਚਾਰ ਜੋਗਾਂ, ਵਿਹੜੇ, ਗਾਈਆਂ, ਮੱਝਾਂ। ਉਹ ਨੂਰਾਂ ਜਿਹੜੀ ਸੀ ਉਹ ਸਾਡੇ ਗੁਫਾ ਸੜਦੀ ਹੁੰਦੀ ਸੀ, ਲਾਗੀ ਜਿਹਨੂੰ ਆਪਾਂ ਕਹਿੰਦੇ ਹਾਂ। ਇਸ ਸਾਰੇ ਘਟਨਾਕ੍ਰਮ ਬਾਰੇ ਇਸ ਪਰਿਵਾਰ ਨੂੰ ਇਹ ਜਾਣਕਾਰੀ ਨੂਰਾ ਨਾਮ ਦੀ ਇੱਕ ਔਰਤ ਨੇ ਉਦੋਂ ਦਿੱਤੀ ਜਦੋਂ ਸਰਵਣ ਸਿੰਘ ਦੇ ਚਾਚੇ ਦਾ ਪੁੱਤ ਤਾਰਾ ਸਿੰਘ 1950 ਵਿੱਚ ਪਰਿਵਾਰ ਦਾ ਦੱਬਿਆ ਹੋਇਆ ਸੋਨਾ ਲੈਣ ਲਈ ਚੱਕ ਸੈਂਤੀ ਵਾਪਸ ਗਿਆ ਸੀ। ਨੂਰਾ ਚੱਕ ਸੈਂਤੀ ਵਿੱਚ ਇਹਨਾਂ ਦੇ ਘਰ ਗੋਹਾ ਸਿੱਟਣ ਦਾ ਕੰਮ ਕਰਦੀ ਸੀ। ਇਹ ਕਤਲੇਆਮ ਨੂਰਾ ਨੇ ਅੱਖੀਂ ਵੇਖਿਆ ਸੀ। ਹਮਲੇ ਦੌਰਾਨ ਪਰਿਵਾਰ ਦੇ ਕੁਝ ਮੈਂਬਰ ਘਰੋਂ ਭੱਜ ਕੇ ਖੇਤਾਂ ਵਿੱਚ ਜਾ ਲੁਕੇ ਸਨ। ਇਹਨਾਂ ਵਿੱਚ ਸੋਹਣ ਸਿੰਘ ਦੀਆਂ ਦੋ ਬੇਟੀਆਂ ਵੀ ਸ਼ਾਮਲ ਸਨ। ਬੱਚੀਆਂ ਬਹੁਤ ਛੋਟੀਆਂ ਸਨ ਜੋ ਕਮਾਦ ਵਿੱਚ ਰੋਣ ਲੱਗ ਪਈਆਂ। ਕੁੜੀਆਂ ਕਮਾਦ 'ਚ ਰੋਣ ਲੱਗ ਪਈਆਂ। ਉਹ ਕਹਿਣ ਲੱਗੇ ਵੀ ਹੁਣ ਸਾਨੂੰ ਵੀ ਮਰਾਉਣਾ, ਇਹਨੀ ਉਹਨਾਂ ਦਾ ਗੱਲ ਦਬਾ ਤਾ। ਅਜਿਹੀ ਹੀ ਇੱਕ ਮੰਦਭਾਗੀ ਘਟਨਾ ਚੜ੍ਹਦੇ ਪੰਜਾਬ ਵਾਪਰਨ ਲੱਗੀ ਸੀ। ਮੇਰੇ ਨਾਲ ਕਹਿੰਦੇ ਕਮਾਦ ਬਹੁਤ ਲਾਉਂਦੇ ਹੁੰਦੇ ਉਹ। ਉਹਨਾਂ ਦੇ ਕਮਾਦ ਵਿੱਚ ਦੋ ਪਰਿਵਾਰ ਆ ਗਏ ਸੀ। ਉਹਨਾਂ ਨੇ ਫਿਰ ਉਹਨਾਂ ਨੂੰ ਰਾਤ ਨੂੰ ਅੰਨ ਪਾਣੀ ਦੇ ਕੇ ਆਉਣਾ, ਬਹੁਤ ਰਾਤ ਗਈ ਸੀ ਚੋਰੀ। ਇੱਕ ਵਾਰ ਉਹਨਾਂ ਨੇ ਇੱਕ ਨਿਆਣਾ ਰੋਣ ਲੱਗ ਗਿਆ, ਉਹ ਕਹਿੰਦੇ ਵੀ ਨਿਆਣਾ ਮਰਾਓ। ਉਹਨਾਂ ਨੇ ਸੋਚਿਆ ਵੀ
ਰੋਟੀ ਜਾਣ ਦੇਣਗੇ ਉਹ ਕਹਿੰਦੇ ਵੀ ਇਹਨੂੰ ਮਾਰ ਦਿਓ। ਉਹ ਫਿਰ ਮੇਰੇ ਨਾਨਾ ਜੀ ਬਹੁਤ ਰਹਿਮ ਦਿੱਤੀ, ਉਹ ਕਹਿੰਦਾ ਵੀ ਮਾਰ ਦਿੰਦੇ ਇਹਨੂੰ। ਅਸੀਂ ਕਹਿ ਦਾਂ ਵੀ ਇੱਥੇ ਭਾਈ ਤੁਰਿਆ ਫਿਰਦਾ ਸੀ, ਚੱਕ ਲਿਆ ਅਸੀਂ ਇਹਨੂੰ ਲੈ ਜਾਂਦੇ ਹਾਂ, ਛੋਟਾ ਇਹਨੇ ਰੋਣਾ ਹੀ, ਇਹਨੂੰ ਬੰਦ ਕਿਵੇਂ ਕਰੋਂਗੇ। ਉਹ ਫਿਰ ਉਹਨਾਂ ਨੇ ਉੱਥੇ ਛੱਡ ਗਏ, ਉਹ ਆਪ ਫਿਰ ਮਲੇਰਕੋਟਲੇ ਚਲੇ ਗਏ। ਉਹ ਫਿਰ ਬਾਅਦ 'ਚ ਆ ਕੇ ਜਦੋਂ ਬਿਲਕੁਲ ਆਮਨ ਆਮਾਨ ਹੋ ਗਿਆ ਫਿਰ ਉਹ ਬੱਚੇ ਨੂੰ ਲੈ ਕੇ ਗਏ। ਤਹਿਸੀਲ ਅਮਲੋਹ ਦੇ ਪਿੰਡ ਬੈਣਾ ਵਿਖੇ ਬਹੁਤ ਸਾਰੇ ਮੁਸਲਮਾਨ ਫਿਰਕੇ ਦੇ ਲੋਕ ਇੱਕ ਪੀਰ ਦੀ ਦਰਗਾਹ 'ਤੇ ਇਸ ਉਮੀਦ ਨਾਲ ਜੁੜ ਗਏ ਕਿ ਰੱਬ ਦੇ ਘਰ ਮੌਤ ਤੋਂ ਬਚਾ ਰਹੇਗਾ। ਪਰ ਲੋਕਾਂ ਦੇ ਦਿਮਾਗ ਵਿੱਚ ਭਗਵਾਨ ਨਹੀਂ, ਸ਼ੈਤਾਨ ਦਾ ਵਾਸਾ ਸੀ। ਆਬਾਦੀ ਨੂੰ ਮਲੀਆ ਮੇਟ ਕਰ ਰਹੀ ਇਹ ਸ਼ੈਤਾਨੀ ਸ਼ੈ ਆਜ਼ਾਦੀ ਸੀ। ਸਾਡੇ ਕੋਲ ਬੈਣਾ ਪਿੰਡ ਹੈ ਛੋਟਾ ਜਿਹਾ ਅਮਲੋਹ ਦੇ ਨਾਲ, ਉੱਥੇ ਇੱਕ ਪੀਰ ਦੀ ਦਰਗਾਹ 'ਤੇ ਉੱਥੇ ਮੁਸਲਮਾਨ ਇਕੱਠੇ ਹੋ ਗਏ, ਬਹੁਤ ਨੁਕਸਾਨ ਹੋਇਆ ਉੱਥੇ, ਫਿਰ ਜਿੱਦਾਂ ਬਹੁਤ ਲੁੱਟੀਆਂ ਗਈਆਂ ਉੱਥੇ। ਫਿਰ ਲੋਕਾਂ ਦੇ ਘੇਰਾ ਪਾ ਲਿਆ, ਯੂਨੀ 'ਚ ਇਕੱਠੇ ਹੋ ਭੱਜ ਲਏ ਉੱਥੋਂ, ਭੱਜ ਕੇ ਕਿਸੇ ਨੂੰ ਭੱਜਿਆ, ਜਿਹੜੇ ਭੱਜ ਕੇ ਪਿੰਡਾਂ 'ਚ ਚਲੇ ਗਏ ਜਾਂ ਰਾਹਾਂ 'ਚ ਚਲੇ ਗਏ, ਉਹ ਵੀ ਲੋਕਾਂ ਨੇ ਬਹੁਤ ਪਾ ਲਏ। ਖੈਰ ਚੱਕ ਸੈਂਤੀ ਵੱਲ ਵਾਪਸ ਮੁੜਦੇ ਹਾਂ। ਇੱਥੇ ਖੇਤਾਂ ਵਿੱਚ ਲੁਕਣ ਵਾਲੇ 3 ਗਰੁੱਪ ਸਨ, ਇਹਨਾਂ ਵਿੱਚੋਂ 1 ਗਰੁੱਪ ਨੂੰ ਦੰਗਾਕਾਰੀਆਂ ਨੇ ਲੱਭ ਲਿਆ ਸੀ। ਜ਼ਖੀਰੇ 'ਚ ਵੀ ਲੁਕਣ ਵਾਲੇ 2-3 ਗਰੁੱਪ ਸੀ। ਇੱਕ ਗਰੁੱਪ ਜਿਹੜਾ ਮੀਆਂ ਚੰਨੂ ਪਹੁੰਚ ਗਿਆ, ਇੱਕ ਉੱਥੇ ਉਹਦੇ ਨਾਲੋਂ ਇੱਕ ਸਰੈਣ ਸੋ ਮਾਰਿਆ ਜਿਹੜਾ ਕਿ ਧਰਮ ਸੋ ਦਾ ਸਾਲਾ ਸੀ, ਇੱਕ ਮਾਰਿਆ ਰੇਸ਼ਮ ਸੋ, ਉਹ ਧਰਮ ਸੋ ਦਾ ਪੁੱਤ ਸੀ। ਜਨਾਨੀਆਂ ਨੂੰ ਉਹ ਲੈ ਗਏ ਚੀਟਾਵਤਨੀ, ਚੀਟਾਵਤਨੀ ਅੰਦਰ ਰੱਖਿਆ, ਉੱਥੇ ਉਹਨੇ ਨਸੀਬ ਖੋਰ ਮਾਰੀ, ਇਸ ਕਰਕੇ ਕਿਉਂ ਉਹ ਉਸਦੇ ਨਿਆਣਿਆਂ ਦੇ ਵਿੱਚ ਸਿਆਣੀ ਸੀ ਨੋਹਾਂ 'ਚ। ਉਹ ਮੁਸਲਮਾਨਾਂ ਨੇ ਅੰਦਾਜ਼ਾ ਲਾਇਆ ਵੀ ਜੇ ਬੁੜੀ ਮਰ ਜਾਏ ਤਾਂ ਫਿਰ ਅਸੀਂ ਕੱਲੀਆਂ ਕੱਲੀਆਂ ਕਰਕੇ ਲਿਜਾ ਸਕਦੇ ਹਾਂ। ਉਹ ਨਹੀਂ ਮਰ ਲਏ, ਮਾਰ ਦਿੱਤੀ ਇੱਕ ਕੁੜੀ ਉਹਨਾਂ ਦੇ ਵਿੱਚੋਂ ਕੱਢ ਲਈ, ਜਦ ਨੂੰ ਜਿਹੜੇ ਸਾਡੇ ਲਿਆ ਸੀ ਮੁਸਲਮਾਨ ਸੀ, ਇਹਨਾਂ 'ਚੋਂ 5-6 ਪਿੰਡਾਂ ਦੇ ਉਹ ਪਹੁੰਚ ਗਏ। ਉਹਨਾਂ ਦਾ ਆਗੂ ਜਿਹੜਾ ਸੀ ਉਹ ਸ਼ਾਹਦੀਨ ਸੀ, 38-12 ਅੰਨ ਦਾ। ਜਿਹੜਾ 35 ਦਾ ਸੀ ਉਹ ਫਤਿਹ ਮੁਹੰਮਦ ਲੰਬੜਦਾਰ ਹਸਨਦੀਨ, 2 ਬੰਦੇ। ਜਿਹੜਾ ਸੀਗਾ 39 ਦਾ ਉਹਦਾ ਬੀਬਾ ਲੰਬੜਦਾਰ ਕਿਹਾ ਜਾਂਦਾ। ਜਿਹੜਾ ਸੀਗਾ 36 ਦਾ ਉਹ ਅਸਲਮ, ਹਾਂਜੀ। 11 ਦਾ ਉਹ 11 ਚੱਕ ਦਾ ਜਿਹੜਾ ਮੇਰੇ ਭਰਾ ਦਾ ਦੋਸਤ ਸੀ, ਉਹਦਾ ਮੈਨੂੰ ਨਾਂ ਨਹੀਂ ਯਾਦ। ਇਹਨਾਂ ਨੇ ਫਿਰ ਜਾ ਕੇ ਉੱਥੋਂ ਜਿਹੜੀਆਂ ਜਨਾਨੀਆਂ ਸੀ ਆਪਣੇ ਕੋਲ ਲਿਆਂਦੀਆਂ, ਸ਼ਾਹਦੀਨ ਕੋਲ ਕਿੰਨੀਆਂ ਰਹੀਆਂ, ਹਸਨ ਕੋਲ ਕਿੰਨੀਆਂ ਰਹੀਆਂ, ਫਤਿਹ ਮੁਹੰਮਦ ਕੋਲ ਕਿੰਨੀਆਂ ਰਹੀਆਂ, ਇੱਦਾਂ 3 ਪਿੰਡਾਂ 'ਚ ਜਨਾਨੀਆਂ ਜਿਹੜੀਆਂ ਬਚੀਆਂ। ਇਸੇ ਤਰ੍ਹਾਂ ਹਠੂਰ ਤੋਂ ਰਾਏਕੋਟ ਨੂੰ ਜਾ ਰਹੇ ਇੱਕ ਕਾਫਲੇ 'ਤੇ ਪਿੰਡ ਅਚਰਵਾਲ ਹਮਲਾ ਹੋ ਗਿਆ। ਹਠੂਰ ਭਾਈ ਉੱਥੇ ਨਾ ਸਿੱਖਾਂ ਨੇ ਮੁਸਲਮਾਨਾਂ ਨੂੰ ਘੇਰਾ ਪਾ ਲਿਆ, ਮੁਸਲਮਾਨ ਉੱਥੋਂ ਤੁਰ ਪਏ ਸੀ, ਜਾਣੀ ਆਪਦਾ ਰਾਏਕੋਟ ਨੂੰ ਜਾਂਦੇ ਸੀ ਉਹ। ਅਤੇ ਅਚਰਵਾਲ ਆ ਕੇ ਫਿਰ ਉਹਨਾਂ ਨੂੰ ਲੁੱਟ ਖੋਹ ਹੋਣ ਲੱਗ। ਉਦੋਂ ਅਚਰਵਾਲ ਦੇ ਇੱਕ ਵਿਅਕਤੀ ਮੋਦਨ ਸਿੰਘ ਨੇ 2 ਮੁਸਲਮਾਨ ਪਰਿਵਾਰਾਂ ਨੂੰ ਆਪਣੇ ਘਰ ਲੁਕੋ ਕੇ ਰੱਖਿਆ, ਜਿਨ੍ਹਾਂ ਨੂੰ ਕੁਝ ਦਿਨਾਂ ਬਾਅਦ ਰਾਏਕੋਟ ਦੇ ਮਿਲਟਰੀ ਕੈਂਪ ਵਿੱਚ ਪਹੁੰਚਾਇਆ ਗਿਆ। ਉਹਨੇ ਭਾਈ ਫਿਰ ਸਾਰਿਆਂ ਨੂੰ, ਉਹਨਾਂ ਨੂੰ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਆਪਣੇ ਅਚਰਵਾਲ ਘਰੇ ਰੱਖਿਆ। ਸਾਡੀਆਂ ਉਹ ਸਹੇਲੀਆਂ ਸੀ, ਮੁਟਿਆਰਾਂ ਕੁੜੀਆਂ ਸੀ, 2 ਟੱਬਰਾਂ ਨੂੰ, 3 ਨੂੰ ਘਰੇ ਰੱਖ ਕੇ ਫਿਰ ਉਹਨਾਂ ਨੂੰ ਸਾਰਿਆਂ ਨੂੰ, ਜਿਹੜਾ ਮੋਦਨ ਸਿੰਘ ਚਾਚਾ ਸੀ ਮੇਰਾ ਅਚਰਵਾਲ, ਅਤੇ ਉਹ ਉਹਨਾਂ ਨੇ ਸਾਰਿਆਂ ਨੇ ਰਜਾਬੰਦੀ ਨਾਲ ਫਿਰ ਉੱਥੇ ਰਾਏਕੋਟ ਕੈਂਪ 'ਚ ਛੱਡ ਕੇ ਆਏ। ਮਿਲਟਰੀ ਕੈਂਪ ਸੀ ਰਾਏਕੋਟ, ਅਤੇ ਜਿਹੜਾ ਵੀ ਕੋਈ ਬੱਚਾ ਰਹਿ ਜਾਂਦਾ ਸੀ ਆਪਣੇ ਮਾਂ ਪਿਓ ਤੋਂ ਅਧੂਰਾ, ਜਾਂ ਕੋਈ ਕੁੜੀ ਸੀ ਜਾਂ ਕੋਈ ਮੁੰਡਾ ਸੀ, ਫਿਰ ਉਹਨਾਂ ਨੂੰ ਜਾਣੀ ਉੱਥੇ ਕੈਂਪ 'ਚ ਛੱਡ ਕੇ ਆਉਂਦੇ ਸੀ। ਸਰਦਾਰ ਸਰਵਣ ਸਿੰਘ ਹੋਰਾਂ ਦਾ ਇੱਕ ਉਲਾਂਭਾ ਹੈ ਕਿ ਚੱਕ ਸੈਂਤੀ ਦੇ ਇਲਾਕੇ ਦੇ ਸਥਾਨਕ ਮੁਸਲਮਾਨ ਇਹਨਾਂ ਦੀ ਕੋਈ ਖਾਸ ਮਦਦ ਨਹੀਂ ਕਰ ਸਕੇ। ਅਸਲ ਵਿੱਚ ਇਹ ਉਲਾਂਭਾ ਹਰ ਪੀੜਤ ਦਾ ਹੈ ਅਤੇ ਦੋਹਾਂ ਪੰਜਾਬਾਂ ਦੇ, ਹਰ ਪੰਜਾਬੀ ਦੇ ਜ਼ਿੰਮੇ ਹੈ। ਸਰਦਾਰ ਅਰਜਨ ਸਿੰਘ ਇਸ ਹਮਲੇ ਵਿੱਚੋਂ ਬਚ ਕੇ ਨਿਕਲ ਤਾਂ ਗਿਆ ਸੀ, ਪਰ ਇੰਨਾ ਖੁਸ਼ਕਿਸਮਤ ਨਹੀਂ ਨਿਕਲ ਸਕਿਆ। ਅਰਜਨ ਸਿੰਘ ਆਪਣੇ ਮਾਸੀ ਦੇ ਲੜਕੇ ਗੁੱਜਰ ਸਿੰਘ ਸਮੇਤ ਚੱਕ 38 ਚਲਿਆ ਗਿਆ। ਉਸ ਦਿਨ ਚੱਕ 38 ਦਾ ਚੌਧਰੀ ਸ਼ਾਹਦੀਨ ਕਿਧਰੇ ਗਿਆ ਹੋਇਆ ਸੀ। ਅਲੀ ਅਹਿਮਦ ਨੇ ਇਹਨਾਂ ਨੂੰ ਇੱਕ ਵਾਰ ਲੁਕੋ ਤਾਂ ਲਿਆ, ਪਰ ਦੂਜੇ ਦਿਨ ਦੰਗਾਕਾਰੀਆਂ ਦੀ ਭੀੜ ਅੱਗੇ ਇਸ ਦਾ ਹੌਸਲਾ ਜਵਾਬ ਦੇ ਗਿਆ। ਜਿਹੜੇ ਇਹਨਾਂ ਪਿੰਡਾਂ ਦੇ ਮੁਸਲਮਾਨ ਸੀਗੇ ਉਹ ਨਹਿਰ ਦੇ ਪੁਲ 'ਤੇ ਬੈਠੇ ਦੇਖਦੇ ਤਾਂ ਰਹੇ, ਪਰ ਉਹ ਸਾਡੀ ਮਦਦ 'ਤੇ ਨਹੀਂ ਆ ਸਕੇ। ਸਾਡਾ ਜਿਹੜਾ ਬਾਪ ਸੀਗਾ ਅਰਜਨ ਸਿੰਘ,
ਇਹ ਇੱਥੋਂ ਬਚ ਵੀ ਗਿਆ, ਇੱਕ ਗੁੱਜਰ ਸਿੰਘ ਬਚਿਆ, ਇਹ ਅਲੀ ਅਹਿਮਦ ਦੇ ਕੋਲ ਜਾ ਕੇ ਠਹਿਰੇ। 37 ਚੋਂ ਫਿਰ ਨੱਠੇ, ਨਹਿਰ ਟੱਪੇ, ਨਹਿਰ ਟੱਪ ਕੇ ਫਿਰ 38 'ਚ ਪਹੁੰਚ ਗਏ। 38 'ਚ ਜਿਸਨੇ ਪਹੁੰਚੇ ਤਾਂ ਉਹ ਅਲੀ ਅਹਿਮਦ ਸਵੇਰੇ ਆਇਆ, ਉਹ ਕਹਿਣ ਲੱਗਾ ਉਹ ਤੁਸੀਂ ਘਰ ਚਲੋ, ਤੁਸੀਂ ਇੱਥੇ ਕਾਹਨੂੰ ਅਟਕੇ। ਉਹ ਆਪਣੇ ਘਰ ਲੈ ਗਿਆ, ਘਰ ਲਿਆ, ਉਹ ਲੁਕੋ ਕੇ ਰੱਖੇ। ਪਰ ਜਿਹਨਾਂ ਜਿਹੜੇ ਮੁਸਲਮਾਨ ਸਾਡੇ ਪਿੰਡ 'ਚ ਆਏ ਲੜ ਕੇ ਮਰੇ ਸੀ, ਹਾਂਜੀ, ਉਹ ਸਵੇਰੇ ਇਕੱਠੇ ਹੋ ਕੇ ਆ ਗਏ, ਹਾਂਜੀ, ਵੀ ਸਾਨੂੰ ਇਹ ਬੰਦੇ ਦੇ ਦਿਓ। ਉਹ ਅਲੀ ਅਹਿਮਦ ਡਰਾਕਲ ਬੰਦਾ ਸੀ, ਉਹਨੇ ਜਿਉਂਦੇ ਬੰਦੇ ਦੋਏ ਦੇ ਦਿੱਤੇ। ਪਰ ਪਿੰਡ ਦੇ ਜਿਹੜੇ ਮੁਸਲਮਾਨ ਸੀ, ਐਡੇ ਸੂਰਮੇ ਨੇ ਨਿਕਲੇ, ਉਹ ਮਦਦ ਨਹੀਂ ਕਰ ਸਕੇ। ਯਾਰਾਂ ਦੋਸਤਾਂ ਨੂੰ ਸੁਨੇਹਾ ਵੀ ਭੇਜਿਆ, ਜਿਹੜੇ ਬਹੁਤ ਮਿਹਨਤ ਵਰਤਣ ਵਾਲੇ ਸੀ, 35 ਚੱਕ ਕੇ ਪਹੁੰਚ ਨਹੀਂ ਸਕੇ ਫਤਿਹ ਮੁਹੰਮਦ ਕੋਲ। ਜਿਹੜੇ ਫਤਿਹ ਮੁਹੰਮਦ ਕੋਲ ਜਾਂ ਹਸਨ ਕੋਲ ਨਿਆਣੇ ਪਹੁੰਚ ਗਏ, ਉਹ ਬਚ ਗਏ। ਇਹਨੀ ਫਿਰ ਉਸਨੇ ਉਹਨੂੰ ਦੇ ਦਿੱਤੇ, ਮੁਸਲਮਾਨਾਂ ਨੂੰ ਉਹਨਾਂ ਨੂੰ ਦੇ ਦਿੱਤੇ। ਸ਼ਾਹ ਜਿਹੜਾ ਸੀ ਉੱਥੇ ਦਾ ਕਹਿੰਦਾ ਖੁਆਉਂਦਾ, ਉਹ ਕਿਤੇ ਗਿਆ ਸੀ। ਸ਼ਾਹ ਤਾਂ ਜਿਸਲੇ ਆਇਆ ਉਹ ਆਣ ਕੇ ਮੁਸਲਮਾਨਾਂ ਨੂੰ ਕਹਿੰਦਾ ਸੀ, ਤੁਸੀਂ 36 ਵਾਲੇ ਹੋ, ਭਾਵੇਂ ਸਾਰੇ ਮਰ ਜਾਂਦੇ, ਤੁਸੀਂ ਅਰਜੁਨ ਸਿੰਘ ਕਿੱਦਾਂ ਜਿੰਦਾ ਦੇ ਦਿੱਤਾ, ਹਾਂਜੀ, ਤੁਸੀਂ ਇੰਨੀ ਜ਼ੁਰਤ ਮਨਾ ਕੀਤੀ, ਮੇਰਾ ਪਤਾ ਨਹੀਂ। ਮਤਲਬ ਬਹੁਤ ਜ਼ਿਆਦਾ ਸਾਂਝਾਂ ਜਿਹੜੀਆਂ ਸਾਡੀਆਂ। ਸਰਵਣ ਸਿੰਘ ਦਾ ਵੱਡਾ ਭਰਾ ਊਧਮ ਸਿੰਘ ਵੀ ਮਾਰਿਆ ਜਾ ਚੁੱਕਿਆ ਸੀ। ਊਧਮ ਸਿੰਘ ਦੀ ਘਰਵਾਲੀ ਮਹਿੰਦਰ ਕੌਰ, ਜੋ ਉਸ ਸਮੇਂ 9 ਮਹੀਨੇ ਦੀ ਗਰਭਵਤੀ ਸੀ, ਉਸਨੂੰ ਵੀ ਗੋਲੀ ਮਾਰ ਦਿੱਤੀ ਗਈ। ਗੋਲੀ ਵੱਜਣ ਵੇਲੇ ਮਹਿੰਦਰ ਕੌਰ ਦੇ ਗਰਭ ਵਿੱਚੋਂ ਬੱਚਾ ਬਾਹਰ ਡਿੱਗ ਪਿਆ ਸੀ। ਜਿਹੜੀ ਮੇਰੀ ਵੱਡੀ ਭਰਜਾਈ ਆ, ਜਿਸ ਵੇਲੇ ਉਹਦੇ ਗੋਲੀ ਲੱਗੀ, ਉਹ ਲੜਕਾ ਜਿਹੜਾ ਉਹ ਉਸਰੇ ਗੋਲੀ ਲੱਗੀ ਤੋਂ ਵਿੱਚੋਂ ਡਿੱਗਿਆ। ਮਤਲਬ ਉਹਦੀ ਮੌਤ ਉੱਥੇ ਹੋਈ, ਉੱਥੇ ਮਰੀ। ਇੱਕ ਭਰਜਾਈ ਇੱਕ ਪਿੰਡ ਦੇ ਵਿੱਚੋਂ ਮਾਮੀ ਲੱਗਦੀ ਸੀ। ਸਰਵਣ ਸਿੰਘ ਦੇ ਪਰਿਵਾਰ ਵਿੱਚੋਂ ਕੁੱਲ 22 ਮੈਂਬਰ ਮਾਰੇ ਜਾ ਚੁੱਕੇ ਸਨ। ਸਾਡੇ ਪਰਿਵਾਰ ਦੇ 23 ਜੀ ਮਰੇ ਸਾਰੇ, ਜਿਹੜੇ ਕਿ ਚਾਚੇ ਤਾਏ ਸੀਗੇ 11 ਸਾਡੇ ਅਤੇ 12 ਉਹਨਾਂ ਦੇ, 6 ਤਾਏ ਦੇ 6 ਚਾਚੇ ਦੇ। ਜਿਹੜਾ ਤਾਂ ਵੱਡਾ ਤਾਇਆ ਸੀ ਉਹ ਗੰਗਾ ਸਿੰਘ, ਉਹਦੇ 6 ਜੀ ਮਰੇ, ਹਾਂਜੀ, ਚਾਚੇ ਦੇ 6 ਮਰੇ, ਸਾਡੇ 11 ਜੀ ਮਰੇ, ਜਿਹਨਾਂ ਦੇ ਵਿੱਚੋਂ ਇੱਕ ਅਜੇ ਸਾਬਤ ਨਹੀਂ ਹੋ ਸਕਿਆ ਵੀ ਮਰ ਗਿਆ, ਨਾ ਮੁਸਲਮਾਨਾਂ ਤੋਂ ਹੋਇਆ ਨਾ ਸਾਤੋਂ ਕਲੀਅਰ ਹੋਇਆ। ਗੰਗਾ ਸਿੰਘ ਅਤੇ ਉਹਦੇ ਘਰ ਵਾਲੀ ਕਰਤਾਰ ਕੌਰ, ਹਾਂਜੀ, ਫਿਰ ਉਹਦੀਆਂ ਲੜਕੀਆਂ, 2 ਲੜਕੀਆਂ, 3 ਲੜਕੀਆਂ ਮਰੀਆਂ ਅਤੇ 1 ਪੋਤੀ ਮਰੀ, 6 ਜੀ। ਫਿਰ ਆ ਜਾਓ ਤੁਸੀਂ ਹਾਕਮ ਸਿੰਘ ਜਿਹੜਾ ਚਾਚਾ ਸੀ, ਉਹਦਾ ਪਹਿਲਾ ਮੁੰਡਾ ਮਰਿਆ ਸਰੈਣ ਸੋਂਡ, ਭਰਜਾਈ ਸਾਡੀ ਤੁਹਾਨੂੰ ਮਾਣੇ 'ਚ ਸੀਗੀ, ਇਹਦੇ ਵੀ 6 ਜੀ ਮਰੇ ਆ, 1 ਪੁੱਤ ਮਰਿਆ, 2 ਆਪ, 3 ਕੁੜੀਆਂ, 6 ਜੀ ਇਹ ਮਰੇ ਆ। ਜਿਹੜੇ ਅਰਜਨ ਸਿੰਘ ਦੇ ਆ, ਮੇਰਾ ਬਾਪ, ਇਹਦੇ ਮਰੇ ਆ 10 ਜੀ, ਤਾਂ ਮਰੇ ਸਾਬਤ ਹੋ ਗਏ। 11ਵਾਂ ਜੀ ਜਿਹੜਾ ਆ ਉਹ ਅਜੇ ਆਪਾਂ ਕਲੀਅਰ ਨਹੀਂ ਕਰ ਸਕੇ। ਮੋਹਨ ਸਿੰਘ ਜਿਹਨੂੰ ਮੋਹਨ ਸਿੰਘ ਕਹਿੰਦੇ, 2 ਮੇਰੇ ਭਰਾ, 1 ਸੋਹਣ ਸਿੰਘ, 1 ਵਿਧਮ ਸਿੰਘ, 2 ਭੈਣਾਂ, ਪ੍ਰੀਤੋ ਤਾਂ ਜੀਤੋ, ਮਾਂ ਬਾਪ, ਹਾਂਜੀ, ਫਿਰ 2 ਭਤੀਜੀਆਂ, ਸੋਹਣ ਸੋਹਣੀਆਂ ਲੜਕੀਆਂ, ਹਾਂਜੀ, ਫਿਰ 1 ਭਰਜਾਈ ਮਰੀ ਆ ਗਰਭਵਤੀ। ਇਹ ਜੇ ਚਾਚੇ ਦੇ ਆਪਾਂ ਸਰੂਪੋ ਦੇ ਵੀ ਗਿਣੀਏ ਤਾਂ ਫਿਰ ਇਹਦੇ ਵੀ 7 ਬਣਦੇ ਆ, ਉਹ ਗਰਭਵਤੀ ਸੀ, ਅਤੇ ਉੱਦਾਂ ਇਹ 6 ਮਰੇ ਆ, ਸਾਡੇ ਮਰੇ ਆ 11। ਪਰਿਵਾਰ ਦੇ ਮੈਂਬਰ ਤਾਂ ਇਕੱਲੇ ਤੁਹਾਡੇ ਪਰਿਵਾਰ ਦੇ ਹੋ ਗਏ, ਤੁਹਾਡੇ ਚਾਚੇ ਤਾਏ ਤੇ ਤੁਹਾਡੇ ਪਿਤਾ ਦੇ ਨਾਲ ਸੰਬੰਧਿਤ ਹੋ ਗਏ 23 ਮੈਂਬਰ ਤਾਂ। ਹਾਂਜੀ, ਇਹ ਤੋਂ ਬਿਨਾਂ ਤੁਹਾਡੇ ਡੈਡੀ ਦੇ ਮਾਸੀ ਦੇ ਲੜਕੇ ਜਾਂ ਮੋਰਾ ਵਾਲੇ ਤੁਸੀਂ ਗੱਲ ਕੀਤੀ, ਇਹ ਟੋਟਲ ਗਿਣਤੀ ਤਾਂ ਬਹੁਤ ਜ਼ਿਆਦਾ ਹੋ ਜੂਗੀ। ਬਹੁਤ ਗਿਣਤੀ ਆ, ਫਿਰ ਜਿਹੜੇ ਲੋਕ ਸਾਡੇ ਪਿੰਡ ਦਾ ਆਸਰਾ ਲੈ ਕੇ ਆਏ ਆ, ਉਹਨਾਂ ਦੀ ਤਾਂ ਹੁਣ ਮੈਨੂੰ ਵੀ ਨਹੀਂ ਗਿਣਤੀ। ਜਿਹੜਾ ਹੈਗਾ ਇਹਨਾਂ ਦੀ ਮਾਸੀ ਦਾ ਪੁੱਤ ਮੀਆਂ ਸਿੰਘ,
ਉਹਦਾ ਕਰਮ ਸਿੰਘ ਬਚ ਗਿਆ। ਦੋ, ਇੱਕ ਆਪ ਮਰਿਆ, ਇੱਕ ਉਹਦੀ ਵੱਡਾ ਮਰਿਆ ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਦੇ ਘਰ ਵਾਲੀ, ਤਿੰਨ ਕੁੜੀਆਂ। ਇਹ 23 ਤੋਂ ਬਿਨਾਂ ਵੱਖਰੇ ਜੀ ਮਰੇ? ਇਹ ਵੱਖਰੇ, ਇਹ ਬਾਪੂ ਜੀ ਹੋਣਾ ਦੇ ਮਾਸੀ ਦੇ ਪੁੱਤ, ਮੀਹਾਂ ਸੋ ਵੱਡਾ ਸੀ ਜੀ, ਜਿਹੜਾ ਬਾਪੂ ਜੀ ਹੋਣਾ ਦਾ ਭਰਾ ਸੀ ਜੀ। ਇਹ ਇੱਕ ਆਪ ਮਰਿਆ, ਇੱਕ ਇਹਦੇ ਇੱਕ ਇਹਦਾ ਪੁੱਤ ਮਰਿਆ, ਇੱਕ ਇਹਦੀ ਨੂੰਹ ਮਰੀ, ਤਿੰਨ ਕੁੜੀਆਂ ਮਰੀਆਂ, ਸਿਰਫ ਇੱਕੋ ਹੀ ਪੋਤਾ ਬਚਿਆ ਇਹਦਾ ਮੀਹਾਂ ਸਿੰਘ ਦਾ। ਹੁਣ ਆ ਜਾਓ ਤੁਸੀਂ ਧਰਮ ਸਿੰਘ ਵੱਲ। ਧਰਮ ਸਿੰਘ ਦਾ ਲੜਾਈ ਦੇ ਵਿੱਚੋਂ ਉਹ ਨਿਕਲਿਆ ਆ, ਮਤਲਬ ਅਵਤਾਰ ਸਿੰਘ ਜਿਹਦੇ ਗੜਾਸੀ ਲੱਗੀ ਹੋਈ ਸੀ, ਜਿਹੜਾ ਰੇਸ਼ਮ ਸਿੰਘ ਅਤੇ ਧਰਮ ਸਿੰਘ ਦਾ ਸਾਲਾ, ਧਰਮ ਸਿੰਘ ਦਾ ਧਰਮ ਸਿੰਘ ਦੇ ਘਰ ਵਾਲੀ ਦੋ, ਇੱਕ ਉਹਦਾ ਸਾਲਾ, ਇੱਕ ਉਹਦਾ ਪੁੱਤ, ਚਾਰ ਜੀ ਇਹ ਮਰੇ, ਦੋ ਕੁੜੀਆਂ 38 'ਚ ਰਹੀਆਂ। ਇਹ ਫਿਰ ਧਰਮ ਸਿੰਘ ਦਾ ਇੱਦਾਂ ਦਾ ਹੋ ਗਿਆ। ਬਾਕੀ ਆ ਜਾਓ ਤੁਸੀਂ ਮੋਹਰਾਂ ਵਾਲੀਆਂ ਹਨ। ਮੋਹਰਾਂ ਵਾਲੀਆਂ ਜਿਹੜੇ ਸੀਗੇ ਸਾਡੀ ਚਾਚੀ ਦੇ ਪੇਕਿਆਂ ਦੇ ਸੀ ਜੀ, ਜਿੰਨੀ ਇਹ ਆਪਣੇ ਮਤਲਬ 9 ਮਰਬੇ ਸਾਡੇ ਤਾਂ 3 ਉਹਨਾਂ ਦੇ 12 ਖਰੀਦ ਲੈ, ਬਾਕੀ ਜਿਹੜੀ ਮੋਹਰਾਂ ਵਾਲੀਆਂ ਹਿੱਸੇਦਾਰ ਪਾਏ। ਉਹਨਾਂ ਦੇ ਵਿੱਚੋਂ ਮਰਿਆ ਇੱਕ ਗੁੱਜਰ ਸਿੰਘ, ਗੁੱਜਰ ਸਿੰਘ ਦਾ ਪੁੱਤ ਹਰੀ ਸਿੰਘ, ਇੱਕ ਉਹਦੀ ਗੂੰਗੀ ਭੈਣ ਸੀ ਹਰੀ ਸਿੰਘ ਦੀ, ਉਹ ਮਰੀ। ਫਿਰ ਆ ਗਿਆ ਕਿਸ਼ਨ ਸਿੰਘ ਦਾ ਨੌਂ ਪੁੱਤ ਬਚ ਗਿਆ, ਪਹਿਲਾਂ ਉਹ ਆਪਣਾ ਪਰਿਵਾਰ ਲੈ ਕੇ ਮੋਹਰਾਂ ਵਾਲੀ ਆ ਗਿਆ ਸੀ ਕਿਸ਼ਨ ਸਿੰਘ, ਆਪਣਾ ਸਾਰਾ ਟੱਬਰ ਲਾਇਆ। 36 ਮੈਂਬਰ ਤੁਹਾਡੀ ਫੈਮਿਲੀ ਦੇ ਨਾਲ ਸੰਬੰਧ ਸੀਗੇ, 23 ਤੁਹਾਡੇ ਨਿੱਜੀ ਪਰਿਵਾਰ ਦੇ ਸੀਗੇ, 13 ਵੱਖਰੇ ਸੀਗੇ। ਇਹ 13 ਤਾਂ ਫਿਰ ਆ ਜਾਓ ਨਾ ਸਾਧੂ ਸਿੰਘਾਂ ਦਾ। ਅੱਛਾ ਜੀ, ਸਾਧੂ ਸਿੰਘਾਂ ਦੇ ਘਰ ਵਾਲੀ ਜਿਹੜੀ ਪ੍ਰੀਤਮ ਕੌਰ ਆ, ਸਾਧੂ ਸਿੰਘ ਦੇ ਤੁਹਾਡੀ ਕੀ ਰਿਸ਼ਤੇਦਾਰੀ ਸੀ? ਉਹ ਸਾਡਾ ਮਾਮਾ ਲੱਗਾ ਨਾ ਸਾਡੀ ਚਾਚੀ ਵੱਲੋਂ। ਠੀਕ ਹੈ ਜੀ, ਚਾਚੀ ਵੱਲੋਂ ਇਹ ਮਾਮੇ ਸੀ, ਗੁੱਜਰ ਸੋਹਣੀ ਵੀ ਅਤੇ ਸਾਧੂ ਸੋਹ ਕ੍ਰਿਸ਼ਨ ਸੋਹ ਵੀ ਜੀ, 8 ਘਰ ਸੀ ਨਾ। ਅੱਛਾ ਜੀ, 5 ਸਾਡੇ ਹੋ ਗਏ, 3 ਮੋਹਰਾਂ ਵਾਲੀਆਂ ਦੇ ਹੋ ਗਏ, 8 ਘਰ ਹੋ ਗਏ। ਇਹਦੇ ਵਿੱਚੋਂ ਮਰਿਆ ਇੱਕ ਸਾਧੂ ਸਿੰਘ ਦਾ ਸਾਲਾ ਅਮਰ ਸਿੰਘ, ਇੱਕ ਮਰੀ ਮਾਮੀ ਪ੍ਰੀਤਮ ਕੌਰ ਜਿਹੜੀ ਮੇਰੀ ਭਰਜਾਈ ਦੇ ਨਾਲ ਥਾਣੇਦਾਰ ਨੇ ਗੋਲੀ ਮਾਰ ਕੇ ਮਾਰੀ ਆ, ਉਹਨਾਂ ਨੂੰ ਲੈ ਕੇ ਤੁਰ ਪਏ। ਜਿਸ ਵੇਲੇ ਉਹ ਪਿੰਡ ਦੀ ਹੱਦ ਤੋਂ ਟੱਪਣ ਲੱਗੀਆਂ, ਉਹ ਹੱਥੋਂ ਪਾਈ ਹੋ ਗਈਆਂ ਥਾਣੇਦਾਰ ਨਾਲ, ਉਹਨੂੰ ਗੁੱਸੇ 'ਚ ਆਏ ਨੇ, ਗੋਲੀ ਮਾਰ ਕੇ। ਉਹ ਮੇਰਾ ਭਤੀਜਾ ਵੀ ਨਾਲ ਗਰਭਵਤੀ ਸੀ, ਉਹ ਤਾਂ ਤੁਰਨਾ ਫਿਰਨਾ ਔਖੀ ਸੀ, ਪੂਰਿਆਂ ਦਿਨਾਂ 'ਤੇ ਸੀ, ਪੂਰਿਆਂ ਦਿਨਾਂ ਤੋਂ ਵੀ ਟੱਪੀ ਹੋਈ ਸੀ। ਉਹ ਨਹੀਂ, ਦੋਨੋਂ ਲਾਸ਼ਾਂ ਜਿਹੜੀਆਂ ਉਹਨੂੰ ਨਹਿਰ 'ਚ ਸੁੱਟ ਦਿੱਤੀਆਂ, ਪ੍ਰੀਤਮ ਕੌਰ ਦੀ ਤਾਂ ਇਹਦੀ। ਅਮਰ ਸਿੰਘ ਗੋਲੀ ਦਾ ਸ਼ਿਕਾਰ ਹੋਇਆ, ਕਿਉਂਕਿ ਉਹ ਫੌਜੀ ਸੀ, ਉਹ ਆਪ ਵੀ ਗੋਲੀ ਚਲਾਉਂਦਾ ਸੀ, ਉਹ ਆਪਣੇ ਭਣੋਜੇ ਕੋਲ ਆਇਆ ਸੀ। ਜੇ ਅਰਜਨ ਸਿੰਘ ਦੀ ਮਾਸੀ ਦੇ ਪੁੱਤ ਮੀਹਾਂ ਸਿੰਘ ਅਤੇ ਧਰਮ ਸਿੰਘ ਦੇ ਪਰਿਵਾਰਾਂ ਦੇ 9 ਜੀ ਅਤੇ ਅਰਜਨ ਸਿੰਘ ਦੇ ਛੋਟੇ ਭਰਾ ਹਾਕਮ ਸਿੰਘ ਦੇ ਸਹੁਰਿਆਂ ਦੇ 3 ਜੀਆਂ ਨੂੰ ਵੀ ਜੋੜ ਲਈਏ ਤਾਂ ਮਰਨ ਵਾਲਿਆਂ ਦੀ ਇਹ ਗਿਣਤੀ 35 ਹੋ ਜਾਂਦੀ ਹੈ, ਕਿਉਂਕਿ ਇਹ ਸਾਰੇ 8 ਘਰ ਚੱਕ 37 ਵਿੱਚ ਹੀ ਰਹਿੰਦੇ ਸਨ। ਪਰਿਵਾਰ ਦੀ ਬਦਕਿਸਮਤੀ ਦੀ ਇੰਤਹਾ ਵੇਖੋ ਕਿ ਅੱਜ 70 ਸਾਲ ਬਾਅਦ ਵੀ ਸਰਦਾਰ ਸਰਵਣ ਸਿੰਘ ਨੂੰ ਇਹ ਉਮੀਦ ਹੈ ਕਿ ਉਹਨਾਂ ਦੇ ਪਰਿਵਾਰ ਦੇ 23 ਜੀਆਂ ਵਿੱਚੋਂ ਸ਼ਾਇਦ ਕੋਈ ਬਚਿਆ ਵੀ ਹੋ ਸਕਦਾ ਹੈ। ਕਈ ਬੰਦੇ ਜਿਹੜੇ ਮੁਸਲਮਾਨ ਸਾਨੂੰ ਦੱਸਣ ਵਾਲੇ ਆ, ਉਹ ਤਾਂ ਇਹ ਦੱਸਦੇ ਆ ਵੀ ਸਾਡਾ ਜਿਹੜਾ ਵੱਡਾ ਭਰਾ ਊਧਮ ਸਿੰਘ ਆ, ਉਹਦੀ ਲਾਸ਼ ਨਹੀਂ ਸਾਨੂੰ ਮਿਲੀ, ਕਿਉਂ ਮਗਰੋਂ ਲਾਸ਼ਾਂ ਵੀ ਉਹਨੀ ਟੋੜੀਆਂ, ਕਿਹੜਾ ਕਿਹੜਾ ਮਰਿਆ, ਕਿਹੜਾ ਕਿਹੜਾ ਬਚਿਆ, ਸਾਨੂੰ ਤਾਂ ਖ਼ਬਰਾਂ ਇੱਦਾਂ ਹੀ ਮਿਲਦੀਆਂ ਨੇ। ਹੁਣ ਸਾਨੂੰ ਇਹ ਵੀ ਸ਼ੱਕ ਹੈਗੀ ਆ ਵੀ ਸਾਡੇ ਪਰਿਵਾਰ ਦੇ ਪਤਾ ਨਹੀਂ ਸਾਰੇ ਜੀ ਮਰ ਗਏ ਜਾਂ ਵਿੱਚੋਂ ਕੋਈ ਅਜੇ ਵੀ ਹੋ ਸਕਦੇ। ਭਤੀਜਾ ਸਾਡਾ ਤਾਂ ਜ਼ਰੂਰ ਬਚਿਆ ਨਾ, ਮੋਹਣ ਸਿੰਘ ਬਚਾਇਆ। ਇਸ ਡਾਵਾਂਡੋਲ ਮਾਹੌਲ ਵਿੱਚ ਇਸ ਪਰਿਵਾਰ ਲਈ ਮਾਮੂਲੀ ਰਾਹਤ ਦੀ ਖਬਰ ਉਦੋਂ ਆਈ ਜਦੋਂ ਸਰਵਣ ਸਿੰਘ ਦੇ ਚਾਚੇ ਹਾਕਮ ਸਿੰਘ ਦਾ ਪੋਤਾ ਸੁਰਜੀਤ ਸਿੰਘ 6 ਮਹੀਨੇ ਬਾਅਦ ਚੱਕ 38 ਵਿੱਚੋਂ ਲੱਭ ਲਿਆ ਗਿਆ ਸੀ। ਇਹ ਉਹ ਬੱਚਾ ਸੀ ਜਿਸ ਨੇ ਇਸ ਕਤਲੇਆਮ ਤੋਂ ਕੁਝ ਦਿਨ ਪਹਿਲਾਂ ਆਪਣੀ ਦਾਦੀ ਕੋਲ ਰਹਿਣ ਦੀ ਜਿੱਦ ਕਰਕੇ ਆਪਣੀ ਮਾਤਾ ਹਰਭਜਨ ਕੌਰ ਨਾਲ ਨਾਨਕੇ ਪਿੰਡ ਧਨੂਆਣਾ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਚੱਕ 37 ਤੇ ਹਮਲਾ ਹੋਇਆ ਤਾਂ ਘਰ ਦੀਆਂ ਔਰਤਾਂ ਬੱਚਿਆਂ ਨੂੰ ਘਰ ਵਿੱਚ ਬਣੀ ਪਾਣੀ ਵਾਲੀ ਖੂਹੀ ਵਿੱਚ ਸੁੱਟ ਰਹੀਆਂ ਸਨ। ਉਹਨਾਂ ਨੇ ਬਾਅਦ ਵਿੱਚ ਆਪ ਵੀ ਇਸੇ ਖੂਹੀ ਵਿੱਚ ਛਾਲਾਂ ਮਾਰ ਦਿੱਤੀਆਂ।
ਇਹ ਵੇਖ ਕੇ ਸੁਰਜੀਤ ਸਿੰਘ ਜੋ ਉਦੋਂ ਤਕਰੀਬਨ 3 ਸਾਲ ਦਾ ਸੀ ਆਪਣੀ ਜਾਨ ਬਚਾਉਣ ਲਈ ਘਰੋਂ ਭੱਜ ਗਿਆ। ਇਹ ਜਦੋਂ ਨਿਆਣੇ ਸਿੱਟਦੇ ਦੇਖੇ ਹੈ ਨਾ, ਇਹ ਜਾਂਦਾ ਸੀ ਉੱਧਰ ਨੂੰ, ਇਹਨੇ ਦੇਖਿਆ ਜੋ ਨਿਆਣੇ ਸਿੱਟਦੇ ਆ, ਇਹ ਫਿਰ ਉੱਥੋਂ ਨੱਠ ਤੁਰਿਆ। ਇਹ ਨੱਠ ਤੁਰਿਆ ਤੇ ਸਾਡੇ ਨਾਲ ਇੱਕ ਆਧਾਰਮੀ ਹੁੰਦਾ ਸੀ, ਨੌਕਰ ਸੀਗਾ। ਇਸ ਰੌਲੇ ਰੱਪੇ ਦੌਰਾਨ ਸੁਰਜੀਤ ਸਿੰਘ ਨੂੰ ਪਰਿਵਾਰ ਨਾਲ ਕੰਮ ਕਰਦੇ ਇੱਕ ਸੀਰੀ ਨੇ ਚੱਕ ਲਿਆ ਅਤੇ ਉਸ ਸੀਰੀ ਤੋਂ ਚੱਕ 38 ਦੇ ਇੱਕ ਬੇ ਔਲਾਦ ਜੁਲਾਹੇ ਨੇ ਸੁਰਜੀਤ ਸਿੰਘ ਨੂੰ ਖੋਲਿਆ। ਹੁਣ ਸੁਰਜੀਤ ਸਿੰਘ ਦੀ ਉਮਰ 72 ਸਾਲ ਹੈ, ਉਹ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦੇ ਹਨ। ਫਿਰ ਉਹ ਫਿਰ ਉਧਰੋਂ ਕਿਹਾ ਹੋਇਆ ਉਹਨਾਂ ਨੂੰ ਲਿਆਉਂਦੇ ਸੀ, ਉਹ ਵੀ ਲੈ ਕੇ ਗਏ ਇਹਨੂੰ। ਫਿਰ ਉਹ ਇੱਕ ਜੁਲਾਹਾ ਸੀਗਾ ਮੁਸਲਮਾਨ, ਉਹਦੇ ਨਿਆਣਾ ਹੈ ਨਹੀਂ ਸੀ, ਉਹਨੇ ਖੋਹ ਲਿਆ। ਉਹਨੇ ਫਿਰ ਉਹ ਜੁਲਾਹੇ ਨੇ ਰੱਖਿਆ 6 ਮਹੀਨੇ। ਇਹ ਬਾਤ ਚਾਚੇ ਦਾ ਪੋਤਾ ਆਇਆ ਸੀ ਸੁਰਜੀਤ ਸਿੰਘ, ਇਹ ਉਸਨੇ ਹਮਲੇ ਦੇ ਵਿੱਚੋਂ ਬਚਿਆ ਅਤੇ ਇਹਨੂੰ ਇੱਕ ਮੁਸਲਮਾਨ ਲੈ ਗਿਆ, ਉਹਦੇ ਕੋਲ ਰਿਹਾ 38-12 ਇੰਚ 37 'ਚੋਂ ਗਿਆ, 37-12 ਇੰਚ 38 'ਚ ਰਿਹਾ ਇਹ। 6 ਮਹੀਨੇ ਬਾਅਦ ਫਿਰ ਮਿਲਟਰੀ ਲਿਆਈ ਆ, ਇੱਕ ਸਾਡੀ ਭੈਣ ਸੀ ਗੁਰਦਿਆਲੋ, ਉਹਨੂੰ ਚੀਚਾਵਤ ਨੂੰ ਲਿਆਈ। ਕਾਦਰ ਦੇ ਬਣਾਏ ਹੋਏ ਬੰਦੇ ਹੀ ਕਹਿਰਵਾਨ ਨਹੀਂ ਸਨ, ਬਲਕਿ ਕਾਦਰ ਦੀ ਕੁਦਰਤ ਵੀ ਕਹਿਰਵਾਨ ਹੋ ਗਈ ਸੀ। ਆਜ਼ਾਦੀ ਦੇ ਸਤਾਏ ਇਹ ਲੋਕ ਹੁਣ ਹੜਾਂ ਨੇ ਘੇਰ ਲਏ ਸਨ। ਜਦ ਇੱਥੇ ਆ ਗਏ ਅਸੀਂ, ਜਿਹੜਾ ਆਪਣੇ ਦਰਿਆ ਪੈਂਦਾ ਆ ਜਲੰਧਰ ਜ਼ਿਲ੍ਹੇ 'ਚ, ਉੱਥੇ ਦੇਖੇ ਸੀਗੇ ਵੀ ਜਿਹੜੇ ਇੱਧਰਲੇ ਬੰਦੇ ਸੀ ਨਾ ਨਿਕਲੇ ਮੁਸਲਮਾਨ ਘਰਾਂ ਤੋਂ, ਉਹ ਵਿਚਾਰੇ ਬਹੁਤ ਆਲੇ ਦੁਆਲੇ ਪਤਾ ਨਹੀਂ ਲੱਗਦਾ ਬਜ਼ਾਰੇ ਲੱਗਦੇ ਛੱਲੇ। ਫਿਰ ਹੜ੍ਹ ਬਹੁਤ ਜ਼ਿਆਦਾ ਆ ਗਿਆ ਜੀ, 8-10 ਦਿਨ ਮੀਂਹ ਪੈਂਦਾ ਰਿਹਾ। ਬਹੁਤ ਦੇਖਿਆ ਨਹੀਂ ਜਾਂਦਾ, ਇੱਥੋਂ ਮੁਸਲਮਾਨ ਜਾਂਦੇ ਦੇਖੇ ਨਹੀਂ ਜਾਂਦੇ, ਪਾਣੀ ਆ ਗਿਆ, ਬੇਨ ਪਾਣੀ ਨਾਲ ਰੁੜ ਗਏ। ਫਿਰ ਉਸ ਸਾਲ ਮੀਂਹ ਬਹੁਤ ਪਿਆ, ਪਾਣੀ ਨਾਲ ਬਹੁਤ ਰੁੜੇ। ਜਾਂ ਸਾਨੂੰ 8 ਦਿਨ ਹੋ ਗਏ ਆਇਆਂ ਨੂੰ, ਤਾਂ ਮੀਂਹ ਇੰਨਾ ਪੈਣ ਲੱਗ ਪਿਆ ਬਹੁਤ ਜ਼ਿਆਦਾ, ਅਸੀਂ ਕਹੀਏ ਉਹਨਾਂ ਵਿਚਾਰਿਆਂ ਨੇ ਕੀ ਹੁੰਦਾ ਹੁੰਦਾ, ਦੁਨੀਆਂ ਔਖੀ ਬਹੁਤ ਸਹੀ। ਹੜ੍ਹਾਂ ਦਾ ਪਾਣੀ ਸਾਡੇ ਦਿਲਾਂ ਵਿੱਚ ਮੱਚਦੀ ਅੱਗ ਨੂੰ ਬੁਝਾਉਣ ਤੋਂ ਅਸਮਰੱਥ ਸੀ, ਦਿਲਾਂ ਵਿਚਲੀ ਇਸ ਅੱਗ ਨੇ ਪਿੰਡਾਂ ਦੇ ਪਿੰਡ ਸਾੜ ਦਿੱਤੇ। ਲੋਕ ਦੰਗਿਆਂ ਵਿੱਚ ਮਾਰੇ ਜਾ ਰਹੇ ਸਨ, ਗੰਭੀਰ ਜ਼ਖਮੀ ਹੋ ਰਹੇ ਸਨ, ਪਰ ਉਹਨਾਂ ਲਈ ਇਲਾਜ ਦਾ ਕੋਈ ਪ੍ਰਬੰਧ ਨਹੀਂ ਸੀ। ਰਿਫਿਊਜੀ ਕੈਂਪਾਂ ਦਾ ਹਾਲ ਬਹੁਤ ਮਾੜਾ ਸੀ, ਇਕੱਲੇ ਪੰਜਾਬ ਵਿੱਚ ਬੇਘਰ ਹੋਣ ਵਾਲੇ ਲੋਕਾਂ ਦੀ ਸੰਖਿਆ 90 ਲੱਖ ਦੇ ਕਰੀਬ ਸੀ। ਜੇ ਬੰਗਾਲ ਨੂੰ ਵੀ ਵਿੱਚ ਜੋੜ ਲਿਆ ਜਾਵੇ ਤਾਂ ਇਹ ਸੰਖਿਆ 1.5 ਕਰੋੜ ਨੂੰ ਪਾਰ ਕਰਦੀ ਸੀ। ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨਰ ਫਾਰ ਰਿਫਿਊਜੀਜ਼ ਦੇ ਅੰਕੜਿਆਂ ਮੁਤਾਬਕ ਇਹ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ ਹਿਜਰਤ ਸੀ। ਹਰ ਵਾਰ ਦੀ ਤਰ੍ਹਾਂ ਗੁਰੂ ਦੇ ਘਰ ਹੀ ਲੋੜਵੰਦਾਂ ਲਈ ਪਨਾਹਗਾਹ ਸਾਬਤ ਹੋਏ। ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਲੋਕ ਜਮ੍ਹਾਂ ਹੋ ਗਏ। ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਸ਼ਰਨਾਰਥੀ ਕੈਂਪ ਲੱਗਿਆ ਹੋਇਆ ਸੀ। ਅੰਮ੍ਰਿਤਸਰ ਸਾਹਿਬ ਮੁੱਖ ਸਟੇਸ਼ਨ ਹੋਣ ਕਰਕੇ ਰੇਲ ਰਾਹੀਂ ਲਾਹੌਰ ਤੋਂ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਇਸ ਕੈਂਪ ਵਿੱਚ ਪਹੁੰਚ ਰਹੇ ਸਨ। ਪੀੜਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇੱਕ ਕੈਂਪ ਰਾਮਸਰ ਸਕੂਲ ਵਿਖੇ ਵੀ ਸ਼ੁਰੂ ਕੀਤਾ ਗਿਆ। ਪੀੜਤਾਂ ਦੇ ਪ੍ਰਸ਼ਾਦੇ ਲਈ ਰਾਸ਼ਨ ਦਾ ਪ੍ਰਬੰਧ ਸ਼੍ਰੀ ਹਰਿਮੰਦਰ ਸਾਹਿਬ ਤੋਂ ਕੀਤਾ ਗਿਆ ਸੀ।
ਖਾਲਸਾ ਕਾਲਜ ਕੈਂਪ ਲਗਵਾਇਆ ਸੀ ਅੰਮ੍ਰਿਤਸਰ ਸਾਹਿਬ, ਉੱਥੇ ਅਸੀਂ ਰਹੇ ਹਾਂ ਸ਼ਾਇਦ ਇੱਕੋ ਦਿਨ ਹੀ ਰਹੇ ਹਾਂ, ਕਿਉਂਕਿ ਉੱਥੇ ਆ ਹੀ ਜਾ ਰਹੇ ਸੀ ਸਾਰੇ ਪੰਜਾਬ 'ਚੋਂ ਸਾਰੇ ਸ਼ਰਨਾਰਥੀ ਉੱਥੇ ਪਹੁੰਚ ਰਹੇ ਸੀ ਜਿੰਨੇ ਰਿਫਿਊਜੀ ਸੀਗੇ, ਮੇਨ ਸਟੇਸ਼ਨ ਉੱਥੇ ਹੀ ਸੀ। ਉੱਥੋਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਸੀ ਰਿਸ਼ਤੇਦਾਰਾਂ ਕੋਲ ਚਲੇ ਗਏ, ਜਿਨ੍ਹਾਂ ਦਾ ਕੋਈ ਹੋਰ ਸੀ ਉੱਧਰ ਚਲੇ ਗਏ, ਜਿਨ੍ਹਾਂ ਨੂੰ ਜਿਸ ਤਰ੍ਹਾਂ ਕਿਸੇ ਦਾ ਬਣਿਆ। ਅਸੀਂ ਰਾਮਸਰ ਸਕੂਲ ਵਿੱਚ, ਉਹਨੇ ਕਿਹਾ ਵੀ ਤੁਸੀਂ ਇੱਥੇ ਨਾ ਭੀੜ ਪਾਓ, ਉੱਥੇ ਕੈਂਪ ਲਗਾ ਦਿੱਤਾ। ਨਾਲੇ ਉੱਥੇ ਉਹਨਾਂ ਨੇ ਲੰਗਰ ਦਾ ਇੰਤਜ਼ਾਮ ਕਰਤਾ, ਆਟਾ ਊਟਾ ਸਭ ਕੁਛ ਭੇਜ ਦਿੱਤਾ, ਅਸੀਂ ਉਹ ਲੰਗਰ ਆਪੇ ਪਕਾਉਣਾ ਤਾਂ ਆਪੇ ਛੱਡ ਲਿਆ। ਆਮ ਜਨਤਾ ਵਿੱਚ ਸਰਕਾਰ ਵੱਲੋਂ ਬਟਵਾਰਾ ਕਰਨ ਦੇ ਢੰਗ ਤਰੀਕੇ ਅਤੇ ਬਾਅਦ ਦੇ ਰਵੱਈਏ ਬਾਰੇ ਸਖ਼ਤ ਨਾਰਾਜ਼ਗੀ ਸੀ। ਪੰਜਾਬ ਦੇ ਕੁਝ ਰਾਹਤ ਕੈਂਪਾਂ ਵਿੱਚ ਲੋਕਾਂ ਵੱਲੋਂ ਨਹਿਰੂ ਨੂੰ ਮਾਰ ਦੇਣ ਦੀ ਗੱਲ ਵੀ ਕਹੀ ਗਈ, ਪਰ ਨਹਿਰੂ ਨੇ ਪੰਜਾਬ ਦੀ ਬਜਾਏ ਪਹਿਲਾਂ ਪੱਛਮੀ ਬੰਗਾਲ ਦੇ ਰਾਹਤ ਕੈਂਪਾਂ ਦਾ ਰਸਮੀ ਦੌਰਾ ਕੀਤਾ। ਲੁੱਟ ਪੁੱਟ ਚੁੱਕੀ ਕੌਮ ਦੀਆਂ ਭਾਵਨਾਵਾਂ ਸ਼ਾਂਤ ਕਰਨ ਵਾਸਤੇ ਭਾਰਤ ਸਰਕਾਰ ਨੇ ਆਪਣੇ ਬ੍ਰਹਮ ਅਸਤਰ ਮੋਹਨਦਾਸ ਕਰਮਚੰਦ ਗਾਂਧੀ ਨੂੰ ਕਲਕੱਤੇ ਤੋਂ ਬੁਲਾਵਾ ਭੇਜਿਆ ਅਤੇ ਦਿੱਲੀ ਦੇ ਸ਼ਰਨਾਰਥੀ ਕੈਂਪਾਂ ਦਾ ਦੌਰਾ ਕਰਨ ਦੀ ਸਕੀਮ ਘੜੀ ਗਈ। ਗਾਂਧੀ ਨੂੰ ਦੁਨੀਆ ਸਾਹਮਣੇ ਕਾਂਗਰਸ ਪਾਰਟੀ ਨੇ ਇੱਕ ਮਹਾਤਮਾ ਅਤੇ ਸੰਤ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਪਰ ਅਸਲ ਵਿੱਚ ਉਹ ਇਸ ਕਿਰਦਾਰ ਦਾ ਨਹੀਂ ਸੀ। ਲਾਰਡ ਬੇਵਲ ਨੇ ਇੱਕ ਵਾਰ ਗਾਂਧੀ ਬਾਰੇ ਕਿਹਾ ਸੀ, ਹੀ ਇਜ਼ ਏ ਵੈਰੀ ਟਫ ਪਾਲੀਟੀਸ਼ੀਅਨ ਐਂਡ ਨਾਟ ਏ ਸੇਂਟ। ਫਿਰਕੂ ਦੰਗਿਆਂ ਦੀ ਅੱਗ ਕਾਬੂ ਤੋਂ ਬਾਹਰ ਹੋ ਗਈ ਸੀ। ਇਸ ਦੌਰਾਨ ਲੇਡੀ ਮਾਊਂਟਬੈਟਨ ਨੇ ਪੰਜਾਬ ਦੇ ਕੁਝ ਸ਼ਰਨਾਰਥੀ ਕੈਂਪਾਂ ਦਾ ਦੌਰਾ ਕੀਤਾ, ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਦਰਦ ਨੂੰ ਸਮਝਣ ਤੋਂ ਅਸਮਰੱਥ ਸੀ। ਸਰਕਾਰ ਵੱਲੋਂ ਸਾਰੇ ਕਾਫਲਿਆਂ ਲਈ ਜਹਾਜ਼ਾਂ ਰਾਹੀਂ ਰੋਟੀ ਸਿੱਟੇ ਜਾਣ ਬਾਰੇ ਧੂੰਆਂਧਾਰ ਪ੍ਰਚਾਰ ਕੀਤਾ ਗਿਆ, ਪਰ ਜਦੋਂ ਇਸ ਕਾਫਲੇ ਦੇ ਪੀੜਤਾਂ ਨਾਲ ਗੱਲ ਕੀਤੀ ਗਈ ਤਾਂ ਸਰਕਾਰ ਦੇ ਇਹ ਦਾਅਵੇ ਵੀ ਝੂਠੇ ਸਿੱਧ ਹੋਏ। ਸਭ ਝੂਠੀਆਂ ਬਨਾਵਟੀ ਗੱਲਾਂ ਬਣਾਈ ਜਾਂਦੇ ਆ। ਕਿਸੇ ਨੇ ਕੋਈ ਰੋਟੀ ਨਹੀਂ ਸਿੱਟੀ, ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ ਉੱਧਰੋਂ ਆਉਂਦਿਆਂ ਦੀ। ਜਿਹੜੀ ਕੋਈ ਹੋਈ ਆ ਉਹ ਜਿਸ ਵੇਲੇ ਇੱਥੇ ਪਹੁੰਚ ਗਏ। ਤਕਰੀਬਨ 18 ਦਿਨਾਂ ਬਾਅਦ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਵੀ ਵਟਾਂਦਰਾ ਕੀਤਾ ਗਿਆ। ਬੀਬੀ ਪ੍ਰਕਾਸ਼ ਕੌਰ ਦੇ ਪਿਤਾ ਜੀ, ਜੋ ਗੋਲੀ ਲੱਗਣ ਤੋਂ ਬਾਅਦ ਲਾਹੌਰ ਦੇ ਮੇਓ ਹਸਪਤਾਲ ਵਿੱਚ ਦਾਖਲ ਸਨ, ਉਹਨਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਲਿਆਂਦਾ ਗਿਆ। 18 ਦਿਨਾਂ ਬਾਅਦ ਮੇਓ ਹਸਪਤਾਲ ਤੋਂ ਦਰਵੀਜੀ ਹਸਪਤਾਲ ਜਾਂ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਵਿੱਚ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਮਰੀਜ਼ ਉਹਨਾਂ ਨੇ ਐਕਸਚੇਂਜ ਕੀਤੇ। ਇਹਦਾ ਨਾਮ ਉਦੋਂ ਕੀ ਸੀ? ਵੀ ਜੇ ਹਸਪਤਾਲ, ਵਿਕਟੋਰੀਆ ਜੁਬਲੀ ਹਸਪਤਾਲ, ਜਿਹੜਾ ਹੁਣ ਗੁਰੂ ਤੇਗ ਬਹਾਦਰ। ਹਾਂਜੀ, ਅੰਮ੍ਰਿਤਸਰ ਸਾਹਿਬ। ਇਸ ਭਾਜੜ ਵਿੱਚ ਲੋਕ ਆਪਣਿਆਂ ਤੋਂ ਵਿਛੜ ਰਹੇ ਸਨ। ਇੱਕ ਦਿਨ ਐਸਾ ਹੋਇਆ ਉੱਥੇ ਰਾਮਸਰ ਸਕੂਲ ਦੇ ਵਿੱਚ, ਉਹਦੇ 4-5 ਸਾਲ ਦਾ ਮੇਰਾ ਭਰਾ ਛੋਟਾ ਗੁੰਮ ਗਿਆ ਤਾਂ ਕੈਂਪ ਦੇ ਵਿੱਚ। ਮਾਂ ਮੇਰੀ ਰੋਵੇ ਕਿ ਬਈ ਚਾਰੋਂ ਕੁੜੀਆਂ ਰਹਿ ਗਈਆਂ, ਇੱਕ ਮੁੰਡਾ ਫਸਿਆ ਸ਼ੇਖੂਪੁਰ ਹੈ, ਇੱਕ ਮੁੰਡਾ ਆਇਆ ਸੀ ਇੱਕ ਮੁੰਡਾ ਜਾ ਆ ਗਿਆ ਸੀ 5 ਸਾਲ ਦਾ, ਇਹ ਵੀ ਗੁਆਚ ਗਿਆ, ਘਰ ਵਾਲਾ ਹਸਪਤਾਲ ਪਿਆ ਉੱਥੇ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਬਾਅਦ ਵਿੱਚ ਇਹ ਬੱਚਾ ਅੰਮ੍ਰਿਤਸਰ ਸਾਹਿਬ ਦੇ ਹੀ ਇੱਕ ਪੁਲਿਸ ਸਟੇਸ਼ਨ ਤੋਂ ਮਿਲ ਗਿਆ, ਪਰ ਕੁਝ ਐਸੇ ਵੀ ਸਨ ਜੋ ਮਿਲ ਨਹੀਂ ਸਕੇ। ਇੱਕ ਬੱਚੇ ਮੋਹਨ ਸਿੰਘ ਸਪੁੱਤਰ ਊਧਮ ਸਿੰਘ ਦੀ ਲਾਸ਼ ਬਰਾਮਦ ਨਾ ਹੋ ਸਕੀ। ਪਰਿਵਾਰ ਨੂੰ ਉਮੀਦ ਹੈ ਕਿ ਸ਼ਾਇਦ ਇਹ ਜਿਉਂਦਾ ਹੋ ਸਕਦਾ ਹੈ। ਕਈ ਤਾਂ ਸਾਨੂੰ ਇਹ ਦੱਸਦੇ ਆ ਵੀ ਮੋਹਨ ਤੋਂ ਸਿੱਟ ਦਿੱਤਾ ਗਿਆ ਖੁਸ਼ੀ 'ਚ ਦੱਸਣ ਵਾਲੇ, ਪਰ ਜਿਹੜੇ ਮੁਸਲਮਾਨ ਦੱਸਦੇ ਆ ਉਹ ਕਹਿੰਦੇ ਆ ਵੀ ਸਾਨੂੰ ਉਹਦੀ ਲਾਸ਼ ਨਹੀਂ ਲੱਭੀ, ਕਿਉਂਕਿ ਖੁਸ਼ੀ 'ਚੋਂ ਨਹੀਂ ਕੱਢ ਵੀ ਲਏ। ਇਹ ਉਹ ਬੱਚਾ ਸੀ ਜੋ ਇਸ ਕਤਲੇਆਮ ਤੋਂ ਕੁਝ ਦਿਨ ਪਹਿਲਾਂ ਚੱਕ ਛਿੱਤਰ ਵਿੱਚ ਮੱਝ ਛੱਡਣ ਜਾ ਰਹੇ ਸਰਦਾਰ ਸਰਵਣ ਸਿੰਘ ਨਾਲ ਜਾਣ ਲਈ ਘੋੜੇ 'ਤੇ ਚੜ੍ਹ ਗਿਆ ਸੀ, ਪਰ ਇਸ ਦੀ ਦਾਦੀ ਬੰਤ ਕੌਰ ਨੇ ਇਹ ਕਹਿੰਦਿਆਂ ਘੋੜੇ ਤੋਂ ਉਤਾਰ ਲਿਆ ਕਿ ਰਾਹ ਵਿੱਚ ਕਿਤੇ ਡਿੱਗ ਨਾ ਜਾਵੇ।
ਇਸ ਬੱਚੇ ਦੀਆਂ ਸੱਜੇ ਹੱਥ ਦੀਆਂ 6 ਉਂਗਲਾਂ ਸਨ। ਹੁਣ ਇਸ ਦੀ ਉਮਰ ਤਕਰੀਬਨ 74 ਸਾਲ ਹੋ ਸਕਦੀ ਹੈ। ਮੇਰੀ ਤਾਂ ਇਹ ਮੰਗ ਆ ਵੀ ਕਿਸੇ ਤਰ੍ਹਾਂ ਸਾਡਾ ਬੱਚਾ ਜਿਹੜਾ ਉਹਨੂੰ ਮਿਲਾਇਆ ਜਾਵੇ। ਜੇ ਉਹਦੀ ਜ਼ਿੰਦਗੀ ਹੈਗੀ ਆ ਤੇ ਆਖਰੀ ਟਾਈਮਾਂ 'ਚ ਆ। ਉਹਦਾ ਨਾਮ ਕੀ ਹੈ ਜੀ? ਮੋਹਨ ਸਿੰਘ ਉਸ ਵੇਲੇ ਨਾਂ ਸੀ, ਉਹਦੇ ਬਾਪ ਦਾ ਨਾਂ ਸਰਦਾਰ ਊਧਮ ਸਿੰਘ ਸੀ। ਐਕਚੁਅਲ ਜਿੰਨੇ ਮੁਸਲਮਾਨ ਆ ਊਧਮ ਸਿੰਘ ਦੇ ਨਾਂ ਤੋਂ ਸਾਰੇ ਜਾਣਦੇ ਆ। ਸਾਡੇ 8-7 ਪਿੰਡ ਜਿੰਨੇ ਸਾਡੇ ਨਾਂ ਲੱਗਦੇ ਸੀ ਉਹਦੇ। ਇੱਕ ਬੂਠਾ ਹੋਰ ਸੀ, 11 ਉਂਗਲਾਂ, 6 ਇੱਧਰ 6 ਇੱਧਰ, ਨਹੀਂ 5, ਇੱਕ ਪਾਸੇ 5 ਇੱਕ ਪਾਸੇ 6। ਬਾਪੂ ਸਰਵਣ ਸਿੰਘ ਅਤੇ ਮਾਤਾ ਹਰਭਜਨ ਕੌਰ ਦੀ ਕਣਵਾਈ ਇਸ ਬਟਵਾਰੇ ਤੋਂ ਪਹਿਲਾਂ ਹੀ ਹੋ ਚੁੱਕੀ ਸੀ, ਪਰ ਜਦੋਂ ਇਹ ਪਰਿਵਾਰ ਲਹਿੰਦੇ ਪੰਜਾਬ ਤੋਂ ਬੇਘਰ ਹੋ ਕੇ ਚੜ੍ਹਦੇ ਪੰਜਾਬ ਪਹੁੰਚੇ ਤਾਂ ਇਹਨਾਂ ਨੂੰ ਅਜੀਬ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਹਰਭਜਨ ਕੌਰ ਹੋਰਾਂ ਦੇ ਦਾਦੇ ਨੇ ਆਪਣੇ ਪਿੰਡੋਂ ਸਰਵਣ ਸਿੰਘ ਹੋਰਾਂ ਦੀ ਭਾਲ ਵਿੱਚ ਚੱਲ ਪੈਣਾ ਅਤੇ ਸ਼ਾਮੀ ਥੱਕ ਹਾਰ ਕੇ ਵਾਪਸ ਆ ਜਾਣਾ। ਇਹ ਸਿਲਸਿਲਾ ਤਕਰੀਬਨ 3-4 ਮਹੀਨੇ ਚੱਲਦਾ ਰਿਹਾ। ਬਾਬਾ ਸਾਡਾ ਰੋਜ਼ ਚਲੇ ਜਾਂਦੇ ਸੀ ਟੋਲਣ, ਮੁਰਗੇ ਤੇ ਘਰ ਨੂੰ ਰਹਿਣਾ, ਟੋਲਦਾ ਟੋਲਦਾ ਫਿਰ ਖੁਰਦ ਨੂੰ ਪਤਾ। ਇਸ ਤਰ੍ਹਾਂ ਕਹਾਣੀ ਹੋ ਗਈ ਵੀ ਅਸੀਂ ਇੱਥੇ ਆਣ ਕੇ ਬਹਿ ਗਏ ਕੰਡਿਆਣੇ। ਇਹ ਜਿਹੜਾ ਇਹਨਾਂ ਦਾ ਬਾਬਾ ਸੀ ਇਹ ਉੱਥੋਂ ਚੱਲ ਪੈਂਦਾ ਸੀ ਗੋਗੜੋਂ ਤੋਂ, ਇਹ ਫਿਰ ਰਾਹ 'ਚ ਟੋਲਦਾ ਟਲਦਾ ਫਿਰ ਖੁਰਦਪੁਰ ਤੱਕ ਤਾਂ ਪਹੁੰਚ ਜਾਂਦਾ ਸੀ। ਫਿਰ ਇਹ ਸਾਡੀ ਦੋਨਾਂ ਭਰਾਵਾਂ ਦੀ ਸ਼ਾਦੀ, ਮੇਰੇ ਚਾਚੇ ਦੇ ਪੁੱਤ ਦੀ ਤਾਂ ਮੇਰੀ ਇਕੱਠਿਆਂ ਦੀ, ਕਿਉਂ ਪੈਸਾ ਤਾਂ ਨਾ ਇਹਨਾਂ ਕੋਲ ਕੋਈ ਸੀਗਾ ਨਾ ਸਾਡੇ ਕੋਲ। 200 ਰੁਪਏ ਦਾ ਇੱਕ ਬੌਂਦ ਵੇਚਿਆ, 200 ਨਾਲ ਵਿਆਹ ਹੋਇਆ। ਬਟਵਾਰੇ ਦੀ ਇਸ ਹਨੇਰੀ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਇਸ ਵੰਡ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਅਜਿਹਾ ਹੀ ਇੱਕ ਬਜ਼ੁਰਗ ਸੀ ਰਾਮ ਸਿੰਘ, ਜੋ ਇਸ ਪਰਿਵਾਰ ਨਾਲ ਸਿਰੀ ਵਜੋਂ ਕੰਮ ਕਰਦਾ ਸੀ। ਉਹ ਚੜ੍ਹਦੇ ਪੰਜਾਬ ਆਉਣ ਦੀ ਬਜਾਏ ਚੱਕ 35 ਵਿੱਚ ਚੌਧਰੀ ਫਤਿਹ ਮੁਹੰਮਦ ਕੋਲ ਚਲਿਆ ਗਿਆ। ਉੱਥੇ ਉਹ ਤਕਰੀਬਨ 1951 ਤੱਕ ਜਿਉਂਦਾ ਰਿਹਾ। ਬਾਅਦ ਦੇ ਵਿੱਚ ਜਿਹੜੀ ਸਾਡੀ ਬਾਪ ਦੀ ਸਾਂਝ ਬਾਂਝ ਜਿਹੜੀ ਜ਼ਿਆਦਾ ਪਿਆਰ ਸੀ ਉਹ ਫਤਿਹ ਮੁਹੰਮਦ ਲੰਬੜਦਾਰ ਚੱਕ ਨੰਬਰ 35-12 ਦੇ ਵਿੱਚ ਸੀ, ਉਹਦੇ ਕੋਲ ਉਹ ਚਲੇ ਗਿਆ ਤੁਰ ਕੇ। ਆਖਰੀ ਉਮਰ ਉਹਨੂੰ ਉਹਦੇ ਕੋਲ ਭੁੱਖੀ। ਉਹਦੀਆਂ ਜਿਹੜੀਆਂ ਚਿੱਠੀਆਂ ਫਤਿਹ ਮੁਹੰਮਦ ਵੱਲੋਂ ਸਾਨੂੰ ਆ ਜਾਂਦੀਆਂ ਸੀ ਵੀ ਰਾਮ ਸਿੰਘ ਠੀਕ ਠਾਕ ਆ, ਮੈਂ ਉਹਦਾ ਬੜਾ ਸਤਿਕਾਰ ਕਰਦਾ, ਬਾਪੂ ਜੀ ਦਾ ਨਾਂ ਲੈਣਾ ਵੀ ਉਹਦਾ ਹੈ ਬੰਦਾ ਕਰਕੇ। ਅਤੇ ਆਖਰੀ ਉਮਰ 'ਚ ਬਾਅਦ 'ਚ ਉਹ ਪੂਰਾ ਹੋਇਆ। 3-4 ਸਾਲ ਉਹਦੇ ਕੋਲ ਰਿਹਾ, 4 ਤੋਂ ਵੀ ਜ਼ਿਆਦਾ ਰਿਹਾ, 5 ਸਾਲ ਉਹਦੇ ਕੋਲ ਹੀ ਰਿਹਾ ਫਤਿਹ ਮੁਹੰਮਦ ਕੋਲ। ਇੱਧਰ ਨਹੀਂ ਆਇਆ, ਵੱਡੋਂ ਉਹਦਾ ਪਿਛਲਾ ਪਿੰਡ ਸੀ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਆ। ਹਾਂਜੀ, ਨਾ ਵੱਡੋਂ ਵਾਲਿਆਂ ਨੇ ਕੋਸ਼ਿਸ਼ ਕੀਤੀ, ਮੇਰੀ ਤਾਂ ਉਮਰ ਉਸ ਵੇਲੇ 17-18 ਸਾਲ ਹੀ ਸੀ ਅਤੇ ਅਸੀਂ ਵੀ ਕੁਛ ਨਹੀਂ ਕਰ ਸਕੇ, ਨਾ ਕੋਈ ਸਾਡੀ ਪਹੁੰਚ ਸੀ। ਉੱਧਰ ਹਾਲਾਤ ਕਾਬੂ ਤੋਂ ਬਾਹਰ ਚਲੇ ਗਏ ਸਨ। 15 ਸਤੰਬਰ ਨੂੰ ਯੂਨਾਈਟਿਡ ਕਿੰਗਡਮ ਹਾਈ ਕਮਿਸ਼ਨਰ ਦੇ ਦਿੱਲੀ ਦਫ਼ਤਰ ਵਿੱਚੋਂ ACB ਸਾਈਮਨ ਦੇ ਨਾਮ ਹੇਠ ਖੁਫੀਆ ਟੈਲੀਗ੍ਰਾਮ ਕਾਮਨਵੈਲਥ ਰਿਲੇਸ਼ਨ ਆਪਸ ਨੂੰ ਭੇਜੀ ਗਈ। ਇਸ ਵਿੱਚ ਕਿਹਾ ਗਿਆ ਕਿ ਪੂਰਬੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਮਾਹੌਲ ਤਣਾਅਪੂਰਨ ਹੈ, ਪਰ ਰਿਫਿਊਜੀਆਂ ਦੇ ਕਾਫਲੇ ਤਸੱਲੀ ਪੂਰਵਕ ਜਾ ਰਹੇ ਹਨ। ਅੰਬਾਲਾ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਅਤੇ ਰੋਹਤਕ ਜ਼ਿਲ੍ਹੇ ਵਿੱਚ ਇੱਕ ਜਗ੍ਹਾ ਭਾਰੀ ਕਤਲੋਗਾਰਨ ਦੀ ਖਬਰ ਹੈ। ਦਿੱਲੀ ਤੋਂ 30 ਮੀਲ ਦੂਰ ਉੱਤਰ ਵਾਲੇ ਪਾਸੇ 25,000 ਲੋਕਾਂ ਦੀ ਭੀੜ ਨੇ ਇੱਕ ਪਿੰਡ 'ਤੇ ਹਮਲਾ ਕਰ ਦਿੱਤਾ, ਪਰ ਫੌਜ ਨੇ ਉਹਨਾਂ 'ਤੇ ਕਾਬੂ ਪਾ ਲਿਆ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਲਗਾਤਾਰ ਹਾਲਾਤ ਤਣਾਅਪੂਰਨ ਹਨ। ਅੰਮ੍ਰਿਤਸਰ ਸਾਹਿਬ ਨੇੜੇ ਇੱਕ ਮੁਸਲਿਮ ਰਿਫਿਊਜੀ ਕੈਂਪ 'ਤੇ ਹਮਲਾ ਹੋਇਆ ਹੈ ਜਿਸ ਵਿੱਚ 90 ਲੋਕ ਮਾਰੇ ਗਏ। ਇਸੇ ਤਰ੍ਹਾਂ ਜਲੰਧਰ ਅਤੇ ਕਪੂਰਥਲਾ ਦੇ ਵਿਚਾਲੇ ਇੱਕ ਰੇਲ ਗੱਡੀ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ 70 ਲੋਕ ਮਾਰੇ ਗਏ। ਇਸ ਟੈਲੀਗ੍ਰਾਮ ਵਿੱਚ 12 ਸਤੰਬਰ ਦੀ ਪੰਡਿਤ ਨਹਿਰੂ ਦੀ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਜ਼ਿਕਰ ਹੈ ਕਿ 17 ਅਗਸਤ ਤੋਂ 7 ਸਤੰਬਰ ਤੱਕ 3,23,000 ਮੁਸਲਮਾਨ ਸ਼ਰਨਾਰਥੀ ਅਤੇ 8,38,000 ਗੈਰ ਮੁਸਲਿਮ ਸ਼ਰਨਾਰਥੀਆਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਪ੍ਰਿੰਸੀਪਲ ਫਰੰਟੀਅਰ ਪੋਸਟਾਂ ਨੂੰ ਪਾਰ ਕੀਤਾ ਹੈ। ਨਹਿਰੂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 12 ਸਤੰਬਰ ਤੱਕ ਤਕਰੀਬਨ 12.5 ਲੱਖ ਵਿਅਕਤੀ ਪੂਰਬੀ ਪੰਜਾਬ ਆਏ ਹਨ ਅਤੇ ਲਗਭਗ ਇੰਨੇ ਹੀ ਪੱਛਮੀ ਪੰਜਾਬ ਨੂੰ ਗਏ ਹਨ। ਸੰਭਾਵਨਾ ਹੈ ਕਿ ਇਸ ਸਮੇਂ ਦੋਨਾਂ ਪਾਸਿਆਂ ਦਾ ਤਕਰੀਬਨ 10 ਲੱਖ ਸ਼ਰਨਾਰਥੀ ਸਫ਼ਰ ਕਰ ਰਿਹਾ ਹੈ ਅਤੇ ਤਕਰੀਬਨ 5 ਲੱਖ ਵਿਅਕਤੀ ਕੂਚ ਕਰਨ ਦੀ ਉਡੀਕ ਵਿੱਚ ਹੈ। ਇਸ ਟੈਲੀਗ੍ਰਾਮ ਵਿੱਚ ਹੋਰ ਵੀ ਮਹੱਤਵਪੂਰਨ ਜਾਣਕਾਰੀ
ਸਾਂਝੀ ਕੀਤੀ ਗਈ ਹੈ। ਅਜਿਹੀ ਹੀ ਇੱਕ ਚਿੱਠੀ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਕਲੀਮੈਂਟ ਐਟਲੀ ਨੇ ਮੁਹੰਮਦ ਅਲੀ ਜਨਾਹ ਦੀ ਇੱਕ ਚਿੱਠੀ ਦੇ ਜਵਾਬ ਵਜੋਂ 20 ਸਤੰਬਰ 1947 ਨੂੰ ਲਿਖੀ। ਇਸ ਚਿੱਠੀ ਦੀ ਕਾਪੀ ਮਿਸਟਰ ਜਨਾਹ ਦੇ ਨਾਲ ਨਾਲ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਭੇਜੀ ਗਈ। ਇਸ ਚਿੱਠੀ ਵਿੱਚ ਮਿਸਟਰ ਐਟਲੀ ਨੇ ਖਿੱਤੇ ਵਿੱਚ ਚੱਲ ਰਹੇ ਫਿਰਕੂ ਮਾਹੌਲ 'ਤੇ ਰਸਮੀ ਦੁੱਖ ਪ੍ਰਗਟ ਕੀਤਾ। ਐਟਲੀ ਨੇ ਆਪਣੇ ਪੱਤਰ ਵਿੱਚ ਨਵੇਂ ਬਣੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਆਪਸੀ ਵਿਸ਼ਵਾਸ ਅਤੇ ਤਾਲਮੇਲ ਦੀ ਘਾਟ ਬਾਰੇ ਉਲਾਂਭਾ ਵੀ ਦਿੱਤਾ। ਨਾਲ ਹੀ ਕਿਹਾ ਕਿ ਮੈਨੂੰ ਅਜਿਹਾ ਕੋਈ ਕਦਮ ਨਜ਼ਰ ਨਹੀਂ ਆ ਰਿਹਾ ਜੋ ਇਹਨਾਂ ਹਾਲਾਤਾਂ ਨੂੰ ਕਾਬੂ ਕਰਨ ਲਈ ਅਸੀਂ ਬਾਹਰ ਬੈਠੇ ਪੁੱਟ ਸਕੀਏ। ਐਟਲੀ ਨੇ ਮਿਸਟਰ ਜਨਾਹ ਦੀਆਂ ਚਿੰਤਾਵਾਂ ਨੂੰ ਗੈਰ ਵਾਜਬ ਦੱਸਦਿਆਂ ਲਿਖਿਆ ਕਿ ਇਹ ਠੀਕ ਹੈ ਕਿ ਹਾਲਾਤ ਹੱਥੋਂ ਨਿਕਲ ਚੁੱਕੇ ਹਨ, ਪਰ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਹਰ ਸੰਭਵ ਕਦਮ ਚੱਕ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦਾ ਦਿੱਲੀ ਸਥਿਤ ਹਾਈ ਕਮਿਸ਼ਨਰ ਤੁਹਾਨੂੰ ਢੁੱਕਵੀਂ ਜਾਣਕਾਰੀ ਨਹੀਂ ਭੇਜ ਰਿਹਾ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਘਰ ਵਿੱਚ ਤਾੜ ਕੇ ਬੈਠਾ ਹੋਇਆ ਹੈ। ਤੁਹਾਡੇ ਨਾਲੋਂ ਜ਼ਿਆਦਾ ਜਾਣਕਾਰੀ ਤਾਂ ਸਾਡੇ ਕੋਲ ਲੰਡਨ ਵਿੱਚ ਮੌਜੂਦ ਹੈ। ਭਾਰਤ ਵਿਚਲੇ ਇੰਗਲੈਂਡ ਦੇ ਹਾਈ ਕਮਿਸ਼ਨਰ ਟੈਰੈਂਸ ਸ਼ੌਨ ਨੇ 14 ਅਕਤੂਬਰ 1947 ਨੂੰ ਸੈਕਟਰੀ ਆਫ ਸਟੇਟ ਫਾਰ ਕਾਮਨਵੈਲਥ ਰਿਲੇਸ਼ਨਜ਼ ਨੂੰ ਇੱਕ ਰਿਪੋਰਟ ਭੇਜੀ। ਇਹ ਰਿਪੋਰਟ ਸਿੱਖਾਂ ਪ੍ਰਤੀ ਨਫ਼ਰਤ ਦਾ ਖੁੱਲ੍ਹਾ ਪ੍ਰਗਟਾਵਾ ਸੀ। ਸਿੱਖਾਂ ਨੂੰ ਅੱਤਵਾਦੀ, ਕਾਨੂੰਨ ਤੋੜਨ ਵਾਲੇ ਲੋਕ ਕਹਿ ਕੇ ਸੰਬੋਧਨ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹੀ ਸ਼ਬਦ 4 ਦਿਨ ਪਹਿਲਾਂ ਯਾਨੀ 10 ਅਕਤੂਬਰ ਨੂੰ ਸਰਦਾਰ ਕਪੂਰ ਸਿੰਘ ਨੂੰ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਚਿੱਠੀ ਵਿੱਚ ਵੀ ਵਰਤੇ ਗਏ ਸਨ। ਇਸ ਦਾ ਜ਼ਿਕਰ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿੱਚ ਵੀ ਕੀਤਾ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਰਿਪੋਰਟ ਗ੍ਰਹਿ ਮੰਤਰੀ ਪਟੇਲ ਦੇ ਸਿੱਖਾਂ ਨੂੰ ਜਰੈਮ ਪੇਸ਼ਾ ਕੌਮ ਗਰਦਾਨ ਦੇਣ ਦੇ ਫਤਵੇ ਨੂੰ ਬਲ ਦੇਣ ਲਈ ਤਿਆਰ ਕਰਵਾ ਕੇ ਕਾਮਨਵੈਲਥ ਸਰਕਾਰਾਂ ਨੂੰ ਭਿਜਵਾਈ ਗਈ ਸੀ ਤਾਂ ਜੋ ਸਿੱਖਾਂ ਦਾ ਅਕਸ ਦੁਨੀਆ ਪੱਧਰ 'ਤੇ ਖਰਾਬ ਕੀਤਾ ਜਾ ਸਕੇ। ਸਰਦਾਰ ਕਪੂਰ ਸਿੰਘ ਨੂੰ ਮਿਲੇ ਪਾਲਸੀ ਲੈਟਰ ਦੀ ਭਾਸ਼ਾ ਦੀ ਤੁਲਨਾ ਵਿੱਚ ਇਸ ਚਿੱਠੀ ਵਿਚਲੀ ਭਾਸ਼ਾ ਜ਼ਿਆਦਾ ਜ਼ਹਿਰੀਲੀ ਸੀ। ਇਸ ਚਿੱਠੀ ਵਿੱਚ ਬਹੁਤੇ ਇਲਜ਼ਾਮ ਪਾਕਿਸਤਾਨ ਦੇ ਹਵਾਲੇ ਨਾਲ ਲਾਏ ਗਏ ਸਨ। ਮਿਸਟਰ ਸ਼ੌਨ ਲਿਖਦੇ ਹਨ ਕਿ ਤੀਜੀ ਧਿਰ ਦੀ ਮੌਜੂਦਗੀ ਨਾਲ ਉਲਝਣ ਬਣੀ ਹੋਈ ਹੈ। ਇਹ ਗਿਣਤੀ ਵਿੱਚ ਭਾਵੇਂ ਥੋੜ੍ਹੇ ਹਨ ਪਰ ਹਰ ਤਰੀਕੇ ਨਾਲ ਬਟਵਾਰੇ ਦਾ ਵਿਰੋਧ ਕਰ ਰਹੇ ਹਨ। ਇਹਨਾਂ ਦਾ ਮੁਸਲਮਾਨਾਂ ਨਾਲ ਕੜਵਾਹਟ ਦਾ ਲੰਬਾ ਇਤਿਹਾਸ ਹੈ। ਇਹਨਾਂ ਦੇ ਲੀਡਰ ਬਲਦੇਵ ਸਿੰਘ ਜੋ ਸਿੱਖਾਂ ਦਾ ਨੁਮਾਇੰਦਾ ਸੀ ਨੇ ਇਸ ਬਟਵਾਰੇ ਨੂੰ ਸਵੀਕਾਰ ਕੀਤਾ ਸੀ, ਪਰ ਜਿਸ ਤਰੀਕੇ ਨਾਲ ਸਿੱਖ ਬਟਵਾਰੇ ਦਾ ਵਿਰੋਧ ਕਰ ਰਹੇ ਹਨ ਇਹ ਪਾਕਿਸਤਾਨ ਲਈ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨ ਨੇ ਭਾਰਤ ਦੇ ਗ੍ਰਹਿ ਮੰਤਰੀ ਅਤੇ ਹੋਰ ਭਾਈਵਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਨੂੰ ਨੱਥ ਪਾਉਣ। ਮੁਸਲਮਾਨਾਂ ਦੀ ਵੱਡੇ ਪੱਧਰ 'ਤੇ ਕਤਲੋਗਾਰਤ ਵਿੱਚ ਸਿੱਖਾਂ ਦੇ ਉੱਭਰਵੇਂ ਹੱਥ ਦੇ ਪੁਖਤਾ ਸਬੂਤ ਹਨ। ਸਿੱਖ ਅਮਨ ਕਾਨੂੰਨ ਲਈ ਵੱਡਾ ਖਤਰਾ ਹਨ। ਇਹਨਾਂ ਵਿੱਚੋਂ ਬਹੁਤੇ ਦਿੱਲੀ ਆ ਕੇ ਵੱਸ ਰਹੇ ਹਨ। ਇਸ ਗੱਲ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਕਿ ਅੱਜ ਭੜਕ ਇਹ ਸਿੱਖ ਸਥਾਨ ਨੂੰ ਕਾਇਮ ਕਰਨ ਬਾਰੇ ਵੀ ਸੋਚ ਸਕਦੇ ਹਨ। 22 ਸਤੰਬਰ 1947 ਦੇ ਦ ਟਾਈਮਜ਼ ਵਿੱਚ ਛਪਿਆ ਛੋਟਾ ਜਿਹਾ ਲੇਖ ਦ ਸਿੱਖਸ ਵੀ ਧਿਆਨ ਮੰਗਦਾ ਹੈ। ਇਸ ਵਿੱਚ ਲਿਖਿਆ ਗਿਆ ਹੈ ਕਿ ਭਵਿੱਖ ਵਿੱਚ ਪੰਜਾਬ ਕਸ਼ਮੀਰ ਤੋਂ ਵੀ ਵੱਡੀ ਸਮੱਸਿਆ ਬਣ ਸਕਦਾ ਹੈ ਕਿਉਂਕਿ ਸਿੱਖਾਂ ਦਾ ਜਾਨੀ ਮਾਲੀ ਤੌਰ 'ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਉਹ ਆਪਣੇ ਆਪ ਨੂੰ ਬਹੁਤ ਬੇਵੱਸ ਅਤੇ ਬੇਗਾਨੇ ਮਹਿਸੂਸ ਕਰ ਰਹੇ ਹਨ। ਉਹ ਇਸੇ ਉਮੀਦ ਨਾਲ ਜਿਉਂਦੇ ਹਨ ਕਿ ਇੱਕ ਦਿਨ ਆਪਣੀਆਂ ਜਾਇਦਾਦਾਂ ਵਾਪਸ ਲੈ ਲੈਣਗੇ। ਉਹ ਸਰਹੱਦਾਂ 'ਤੇ ਰਹਿ ਰਹੇ ਹਨ, ਇਸ ਕਰਕੇ ਕਦੇ ਵੀ ਵੱਡੀ ਸਿਰਦਰਦੀ ਬਣ ਸਕਦੇ ਹਨ। ਉਹਨਾਂ ਨੂੰ ਉਸੇ ਤਰ੍ਹਾਂ ਦੀਆਂ ਜ਼ਮੀਨਾਂ ਜਾਂ ਨਗਦ ਮੁਆਵਜ਼ਾ ਸੰਭਵ ਨਹੀਂ ਹੈ। ਉਹਨਾਂ ਵਿੱਚ ਬਹੁਤ ਤਾਕਤ ਅਤੇ ਸਮਰੱਥਾ ਹੈ। ਜੇ ਭਾਰਤ ਸਰਕਾਰ ਉਹਨਾਂ ਦੀ ਸਮਰੱਥਾ ਨੂੰ ਇੰਡਸਟਰੀਜ਼ ਲਈ ਵਰਤ ਲਵੇ ਤਾਂ ਇਹ ਭਾਰਤ ਦੀ ਤਰੱਕੀ ਲਈ ਵੱਡਾ ਯੋਗਦਾਨ ਹੋਵੇਗਾ। ਇਹਦਾ ਮੋਟਾ ਜਿਹਾ ਭਾਵ ਇਹ ਸੀ ਕਿ ਸਿੱਖਾਂ ਨੂੰ ਉਹਨਾਂ ਦੇ ਕੌਮੀ ਹਿੱਤਾਂ, ਧਾਰਮਿਕ ਅਸਥਾਨਾਂ, ਸਰਮਾਏ ਅਤੇ ਰਾਜ ਕਰਨ ਦੀ ਚਿਣਗ ਤੋਂ ਪਾਸੇ ਕਿਵੇਂ ਲਾਇਆ ਜਾਵੇ ਤਾਂ ਜੋ ਉਹ ਭਾਰਤ ਦੇ ਅਮਨ ਪਸੰਦ ਬੀਬੇ ਸ਼ਹਿਰੀ ਬਣ ਕੇ ਰਹਿਣਾ ਮੰਨ ਜਾਣ। ਸਿੱਖਸਤਾਨ ਜਾਂ ਖਾਲਿਸਤਾਨ ਦੀ ਮੰਗ ਬਾਰੇ ਭਾਰਤ ਸਰਕਾਰ ਨੂੰ ਕਨਸੋਆਂ ਸਨ। ਸਾਡੇ ਹੱਥ 21 ਸਤੰਬਰ 1947 ਦੇ ਲਿਬਰੇਟਰ ਅਖਬਾਰ ਦੀ ਇੱਕ ਕਾਪੀ ਲੱਗੀ ਜਿਸ ਵਿੱਚ ਜਬਲਪੁਰ ਦੇ ਕਿਸੇ ਅਮਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਪੰਜਾਬ ਦੇ ਬਟਵਾਰੇ ਬਾਬਤ ਇੱਕ ਭਾਵਪੂਰਤ ਲੇਖ ਲਿਖਿਆ ਗਿਆ ਹੈ।
ਅਮਰ ਸਿੰਘ ਨੇ ਇਸ ਲੇਖ ਵਿੱਚ ਬਟਵਾਰੇ ਦੀ ਲਕੀਰ ਖਿੱਚਣ ਵਾਲੇ ਸਿਰਲ ਰੈਡਕਲਿਫ ਨੂੰ ਚਲਾਕ ਵਕੀਲ ਲਕਬ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਉਸਨੇ ਪੈੱਨ ਦੇ ਇੱਕ ਸਟਰੋਕ ਨਾਲ ਸਿੱਖਾਂ ਨੂੰ ਬਰਬਾਦ ਕਰ ਦਿੱਤਾ। ਇਸ ਵਿੱਚ ਸਿੱਖਾਂ ਦੇ 70% ਸਰਮਾਏ ਦੇ ਖੁੱਸ ਜਾਣ ਦਾ ਦਰਦ ਬਿਆਨ ਕੀਤਾ ਗਿਆ ਹੈ। ਅੱਗੇ ਚੱਲ ਕੇ ਇੱਕ ਵੱਡੀ ਅਤੇ ਸਮਰੱਥ ਸਿੱਖ ਸਟੇਟ ਕਾਇਮ ਕਰਨ ਲਈ ਮਹਾਰਾਜਾ ਪਟਿਆਲਾ ਨੂੰ ਅਗਵਾਈ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਲੇਖ ਦਾ ਅੰਤ ਖਾਲਿਸਤਾਨ ਜ਼ਿੰਦਾਬਾਦ ਸ਼ਬਦ ਨਾਲ ਕੀਤਾ ਗਿਆ ਹੈ। ਇਸ ਗੱਲ ਦਾ ਸਬੂਤ ਹੈ ਕਿ ਖਾਲਿਸਤਾਨ ਸ਼ਬਦ ਸਤੰਬਰ 1947 ਵਿੱਚ ਸਿੱਖਾਂ ਦੀ ਜ਼ਬਾਨ 'ਤੇ ਆ ਗਿਆ ਸੀ, ਪਰ ਮਹਾਰਾਜਾ ਪਟਿਆਲਾ ਦੀ ਸਿੱਖ ਸਟੇਟ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਸਨੇ ਤਾਂ ਸਿੱਖ ਸਟੇਟ ਬਾਰੇ ਮੁਹੰਮਦ ਅਲੀ ਜਨਾਹ ਦੀ ਤਜਵੀਜ਼ ਨੂੰ ਠੋਕਰ ਮਾਰ ਦਿੱਤੀ ਸੀ। ਇਸ ਦਾ ਜ਼ਿਕਰ ਪੰਜਾਬ ਬਾਉਂਡਰੀ ਕਮਿਸ਼ਨ ਦੇ ਮੈਂਬਰ ਜਸਟਿਸ ਮਿਹਰ ਚੰਦ ਮਹਾਜਨ ਨੇ ਆਪਣੀ ਜੀਵਨੀ ਲੁਕਿੰਗ ਬੈਕ ਵਿੱਚ ਕੀਤਾ ਹੈ। ਮਹਾਰਾਜਾ ਪਟਿਆਲਾ ਨੇ ਇੱਕ ਭਾਰਤੀ ਦੇਸ਼ ਭਗਤ ਹੋਣ ਦੇ ਨਾਤੇ ਆਪਣੇ ਤਾਜ, ਤਖਤ ਅਤੇ ਤਾਕਤ ਦੀ ਕੁਰਬਾਨੀ ਦੇ ਕੇ ਮਿਸਟਰ ਜਨਾਹ ਦੀ ਸਿੱਖ ਸਟੇਟ ਦੀ ਆਫਰ ਨੂੰ ਠੁਕਰਾ ਦਿੱਤਾ। ਇਹ ਗੱਲ ਮਹਾਰਾਜਾ ਪਟਿਆਲਾ ਨੇ 1960 ਵਿੱਚ ਟ੍ਰਿਬਿਊਨ ਅਖਬਾਰ ਵਿੱਚ ਲਿਖੇ ਇੱਕ ਲੇਖ ਵਿੱਚ ਖੁਦ ਵੀ ਕਬੂਲ ਕੀਤੀ ਸੀ। ਹਾਈ ਕਮਿਸ਼ਨਰ ਟੈਰਨ ਸ਼ੋਨ ਦੀ ਇਸ ਰਿਪੋਰਟ ਵਿੱਚ ਸਿੱਖਾਂ ਉੱਪਰ ਮੁਸਲਮਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੇ ਇਲਜ਼ਾਮ ਵੀ ਲਾਏ ਹਨ। ਇਹ ਕਬਜ਼ੇ ਕਿੱਥੇ ਕੀਤੇ ਗਏ ਇਸ ਬਾਰੇ ਕਿਸੇ ਪਿੰਡ ਸ਼ਹਿਰ ਦਾ ਨਾਮ ਨਹੀਂ ਦੱਸਿਆ ਗਿਆ, ਹਾਲਾਂਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਲਹਿੰਦੇ ਪੰਜਾਬ ਤੋਂ ਆਏ ਸਿੱਖਾਂ ਲਈ ਜ਼ਮੀਨ ਦੀ ਅਲਾਟਮੈਂਟ ਸਰਕਾਰ ਨੇ ਖੁਦ ਕੀਤੀ ਸੀ। ਜ਼ਮੀਨ ਦੀ ਅਲਾਟਮੈਂਟ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ। ਪਹਿਲਾਂ ਪਰਿਵਾਰਾਂ ਨੂੰ ਕੱਚੀਆਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ, ਤਕਰੀਬਨ 3-4 ਸਾਲ ਬਾਅਦ ਪੱਕੀ ਅਲਾਟਮੈਂਟ ਕੀਤੀ ਗਈ। ਥੋੜ੍ਹੀਆਂ ਜ਼ਮੀਨਾਂ ਸੀ ਇੱਧਰ ਦੇਸ਼ 'ਚ, ਅਤੇ ਉੱਧਰ ਜਾ ਕੇ ਬਾਹਰ ਦੇ ਵਿੱਚ ਫਿਰ ਜੰਗਲ ਪੁੱਟੇ ਤਾਂ ਜ਼ਮੀਨਾਂ ਬਣਾਈਆਂ, ਅਤੇ ਮੁੜ ਕੇ ਉਸੇ ਕੰਮ 'ਤੇ ਆ ਗਿਆ। ਉੱਥੇ ਇੱਧਰ ਲੱਗਦਾ ਹੈ ਬੜਾ ਔਖਾ ਹੈ ਖੂਹਾਂ ਦਾ, ਉੱਥੇ ਤਾਂ ਨਹਿਰਾਂ ਦਾ ਲੱਗਦਾ ਸੀ ਪਾਣੀ। ਵਧੀਆ ਸੀਗਾ ਉਹਦਾ ਕੰਮ। ਜ਼ਮੀਨਾਂ ਆਉਂਦਿਆਂ ਤੋਂ ਪਹਿਲਾਂ ਮਿਲੀ ਨਹੀਂ ਸੀ, ਜਿੱਦਾਂ 12-12 ਖੇਤ ਦਿੱਤੇ ਸੀਗੇ ਉਹ ਕੱਚੀ ਅਲਾਟਮੈਂਟ 'ਚ, ਕਦੇ ਕਹਿਣਾ ਐਤਕਾਂ ਪੱਕੀ ਹੋਣੀ ਆ, ਲੋਕਾਂ ਨੇ ਫਸਲ ਨਹੀਂ ਬੀਜਣੀ, ਜਾਂ ਤਾਂ ਕਹਿਣ ਵੀ ਤੁਸੀਂ ਗੰਨਾ ਬੀਜੋ, ਕੁਛ ਬੀਜੋ, ਤਗੜੇ ਹੋ ਕੇ ਬੀਜੋ, ਜਦੋਂ ਜਾਓਗੇ ਆਪਣੀ ਫਸਲ ਦਾ ਵਟਾਂਦਰਾ ਕਰੋ। ਕੱਚੀ ਅਲਾਟਮੈਂਟ 'ਚ ਲੋਕ ਬਹੁਤ ਔਖੇ ਰਹੇ। ਸਾਡੇ ਲੋਕ ਜਿਹੜੇ ਉੱਧਰੋਂ ਆਏ ਸੀ, ਸਾਡੇ ਕੋਲ ਸੜਕ ਸੀ, ਕਈ ਸਾਲ ਵਿਚਾਰੇ ਗੱਡਿਆਂ 'ਤੇ ਲੱਦ ਕੇ, ਕਦੀ ਉਸ ਪਿੰਡ ਜ਼ਮੀਨ ਮਿਲ ਗਈ, ਕਦੀ ਉਸ ਪਿੰਡ ਪੱਕੀ ਨਹੀਂ ਹੋਈ, ਉਹਨਾਂ ਦੀ ਬੜੇ ਬਖਤ। ਨਹੀਂ ਤਾਂ ਅਮੀਰ ਸੀਗੇ ਬਾਗ ਵਿੱਚ, ਬਾਜੀ ਕਹਿਣਾ, ਉਹਨੇ ਵੀ ਬੜੇ ਬਖਤ ਭੋਲੇ। ਫਿਰ ਜਾ ਕੇ 35-36 ਸਾਲ ਟਿਕਾਣਿਆਂ 'ਚ ਬੈਠੇ, ਫਿਰ ਵੀ ਜ਼ਮੀਨ ਉਹਨਾਂ ਨੂੰ ਘੱਟ ਮਿਲੀ। ਫਿਰ ਅਸੀਂ ਆਣ ਕੇ ਬੈਠੇ ਨਾਲੀ, ਇਹ ਸਰਕਾਰ ਨੇ ਫਿਰ ਸਾਨੂੰ 12-12 ਖੇਤ ਦਿੱਤੇ। ਭਾਵੇਂ ਕਿਸੇ ਦੀ ਜ਼ਮੀਨ ਸੀ ਕਿੰਨੀ ਸੀ, 6.5 ਰੁਪਏ ਸੀ ਸਾਡੇ, ਪਰ ਸਾਨੂੰ 12-12 ਖੇਤ ਮਿਲੇ। ਇੱਕੋ ਮੇਰੇ ਇਸ ਭਰਾ ਦੇ ਨਾਂ 'ਤੇ ਪਰਚੀ ਆਈ, ਉਤਮ ਸਿੰਘ ਦੇ ਨਾਂ 'ਤੇ ਕੱਢਿਆ ਨੇ, ਫਿਰ ਬਾਕੀਆਂ ਨੂੰ ਨਾ ਲਈ। ਇਹਦੇ 'ਚ ਸਾਨੂੰ 6 ਗੁਣੇ ਮਾਮਲਾ ਲਾਇਆ ਗਿਆ। ਫਸਲ ਤਾਂ ਉੱਜੜ ਗਈ ਸੀ, ਪਰ ਸਾਡੇ ਕੋਲੋਂ ਬਾਕੀਆਂ ਨੂੰ 1 ਗੁਣਾ, ਸਾਨੂੰ ਬਾਰੀਆਂ ਨੂੰ 6 ਗੁਣੇ। ਉਹਦਾ ਕੀ ਕਾਰਨ ਸੀ ਜੀ? ਉਹਦਾ ਕਾਰਨ ਸਾਡੇ ਕੋਲੋਂ ਇੱਕ ਕਿਸਮ ਦਾ ਠੇਕਾ ਵਸੂਲਿਆ ਗਿਆ। 6.5 ਸਾਡੇ ਕੋਲ, 6 ਚਾਚੇ ਕੋਲ, ਜਿਹਦੇ ਉਹਦੇ ਬਣੇ 62 ਸਟੈਂਡਰਡ, ਸਾਡੇ ਬਣੇ 56 ਸਟੈਂਡਰਡ। ਫਿਰ ਮੈਂ ਮੁਕੱਦਮਾ ਵੀ ਲੜਿਆ, 2 ਸਟੈਂਡਰਡ ਹੋਰ ਲੈ। ਸਟੈਂਡਰਡ ਰੁਪਈਆ ਬਣਾਉਂਦੇ ਸੀ ਕੀਮਤ ਨਾਲ, ਸਾਡੇ ਜਿਹੜੀ ਕੀਮਤ ਸੀ 1 ਰੁਪਈਆ ਸੀ ਚਾਹੀਦੀ। ਜਿਹੜੀ ਬਰਾਨੀ ਸੀਗੀ ਉਹਦਾ ਸਾਡੀ ਸਰਕਾਰ ਨੇ ਦਿੱਤਾ ਹੀ ਕੁਛ ਨਹੀਂ। ਬਰਾਨੀ ਉਹਨੂੰ ਕਿਹਾ ਜਾਂਦਾ ਸੀ ਜਿਹਨੂੰ ਮਤਲਬ ਆਪਾਂ ਕਈ ਵਾਰੀ ਪਾਣੀ ਨਹੀਂ ਲਾਉਂਦੇ ਜਾਂ ਪਿਆ ਰਹਿਣ ਦਿੰਦੇ ਹਾਂ, ਪਰ ਅਸੀਂ ਜਿਹੜੇ ਪੈਸੇ ਤਾਰਦੇ ਸੀਗੇ, ਮੁੱਲ ਲੈਂਦੇ ਸੀ ਜ਼ਮੀਨ, ਅਸੀਂ ਉਹ ਬਰਾਨੀ ਨੂੰ ਆਬਾਦ ਕਰਕੇ ਅਸੀਂ ਉਹਨੂੰ ਬੀਜਦੇ ਸੀ। ਹੁਣ 37 ਵਾਲੇ ਤਾਂ ਆਬਾਦ ਹੋਏ, ਮੁਰੱਬੇ ਲਾਇਆ ਸੀ 13 ਸਾਡੇ ਬਜ਼ੁਰਗ ਨੇ, ਅਰਜਨ ਸਿੰਘ ਨੇ 13.25 ਮੁਰੱਬਿਆਂ ਦਾ ਸੌਦਾ ਕੀਤਾ ਸੀ, ਅੱਧੀ ਤੋਂ ਜ਼ਿਆਦਾ ਕੱਟੀ ਗਈ ਇਹਨਾਂ ਨੇ। ਫਿਰ ਸਾਨੂੰ ਹੋਰ ਬੜਾ ਘਾਟਾ ਪਿਆ,
ਕਾਨੂੰਨ ਇਹ ਸੀ ਵੀ ਜਿਸ ਵੇਲੇ ਸਾਡਾ ਮਾਂ ਬਾਪ ਮਰਿਆ ਸਾਡੇ ਨਾਲ ਇੰਤਕਾਲ ਪੰਡੋਰੀ ਦਾ ਚੜ ਗਿਆ। ਜਲੰਧਰ 'ਚ ਪੰਡੋਰੀ ਪੈਂਦੀਆਂ ਨਿੱਜਰਾਂ। ਇਸੇ ਤਰ੍ਹਾਂ ਸਾਡਾ ਪਾਕਿਸਤਾਨ 'ਚ ਇੰਤਕਾਲ ਚੜ੍ਹਨਾ ਚਾਹੀਦਾ ਸੀ ਸਾਡੇ ਪੰਜਾਂ ਭਰਾਵਾਂ ਦੇ ਨਾਲ, ਪਰ ਉਹ ਨਹੀਂ ਚੜ੍ਹਾਇਆ ਗਿਆ। ਸਾਨੂੰ ਉਹਦਾ ਘਾਟਾ ਇਹ ਹੋਇਆ ਵੀ ਇੱਕ ਤਾਂ ਅਸੀਂ ਓਵਰ ਫਲੋ ਹੋਏ। ਓਵਰ ਫਲੋ ਦਾ ਮਤਲਬ ਆ ਜਿੱਥੇ ਮਰਜ਼ੀ ਪਾ ਦਿਓ, ਜਿੱਥੇ ਜ਼ਮੀਨ ਖਾਲੀ ਆ। 56 ਸਟੈਂਡਰਡ ਜਾਨੀ ਜਿਸ ਕੋਲ ਲਹਿੰਦੇ ਪੰਜਾਬ 100 ਕਿੱਲਾ ਜ਼ਮੀਨ ਸੀ, ਉਸਨੂੰ ਚੜ੍ਹਦੇ ਪੰਜਾਬ ਵਿੱਚ 56 ਕਿੱਲੇ ਜ਼ਮੀਨ ਮਿਲਣੀ ਸੀ। ਓਵਰਫਲੋ ਤੋਂ ਭਾਵ ਜਿਨ੍ਹਾਂ ਪਰਿਵਾਰਾਂ ਕੋਲ ਜ਼ਮੀਨਾਂ ਦੇ ਟੱਕ ਵੱਡੇ ਸਨ ਪਰ ਇੰਨੀ ਜ਼ਮੀਨ ਇਕੱਠੀ ਇੱਕ ਪਿੰਡ ਵਿੱਚ ਸੰਭਵ ਨਾ ਹੋ ਸਕੀ ਤਾਂ ਉਹ ਪਰਿਵਾਰ ਓਵਰਫਲੋ ਹੋ ਗਏ। ਇਹਨਾਂ ਨੂੰ ਕਈ ਪਿੰਡਾਂ ਵਿੱਚ ਖਿੰਡਵੀਂ ਜ਼ਮੀਨ ਅਲਾਟ ਕਰ ਦਿੱਤੀ ਗਈ। ਬੰਗਲੇ ਫਾਜ਼ਿਲ ਦੇ ਨਾਲ ਪਾਤੀ ਪਟਵਾਰੀ ਨੇ ਗੁੱਸੇ ਹੋ ਕੇ, ਤੇ ਉਧਰੋਂ ਫਿਰ ਇਕੱਲੇ ਅਸੀਂ ਜਾਂਦੇ ਸੀ ਤਾਂ ਅਸੀਂ ਵੀ ਹੱਦ ਤੇ ਹੁਣ ਜ਼ਿਆਦਾ ਜ਼ੋਰ ਪਾਇਆ। ਕਹਿੰਦਾ ਵੀ ਬੰਦਿਆਂ ਦਾ ਨੁਕਸਾਨ ਹੋ ਗਿਆ ਬਹੁਤ, ਤੁਸੀਂ ਬਾਰਡਰ 'ਤੇ ਨਾ ਜਾਓ। ਫਿਰ ਅਸੀਂ ਬਾਰਡਰ 'ਤੇ ਗਏ ਨਹੀਂ, ਫਿਰ ਉਧਰੋਂ ਜ਼ਮੀਨ ਕੈਂਸਲ ਕਰਾ ਦਿੱਤੀ। ਇੱਧਰ ਪਵੇ ਕਿਤੇ ਨਾ, ਇੱਦਾਂ ਕਲੇਮ 150-100 ਕਿੱਲਾ ਜ਼ਮੀਨ 100 ਦੇ ਉੱਤੇ ਸੀ, ਇੰਨੀ ਪਵੇ ਨਾ ਕਿਤੇ ਜੀ। ਜ਼ਮੀਨ ਉਹਦੇ ਅਲਾਟ ਹੋ ਚੁੱਕੀ ਸੀ ਸਾਰੀ, ਇਹ ਹੁਣ ਕੇ ਪਵੇ ਨਾ ਕਿਤੇ ਵੀ, ਅਤੇ ਫਿਰ ਜਾਣੀ ਇੰਨੇ ਤੰਗ ਗਰੀਬੀ ਇੰਨੀ ਆ ਗਈ ਸੀ ਨਾ। ਸੱਚੀ ਗੱਲ ਆ, ਕੋਈ ਪੈਸਾ ਮੰਗਿਆ ਨਹੀਂ ਸੀ ਦਿੰਦਾ ਸਾਨੂੰ ਵੀ ਜ਼ਮੀਨ ਇਹਨਾਂ 'ਤੇ ਪਈ ਨਹੀਂ, ਇਹਨਾਂ ਤੋਂ ਲੈਣੀ ਕਿੱਥੋਂ। 13 ਕਿੱਲੇ ਜ਼ਮੀਨ 'ਤੇ ਸਾਨੂੰ ਪਿਆ 100-150 ਕਿੱਲੇ ਦੇ ਵਿੱਚੋਂ। ਅਸੀਂ ਬੈਠੇ ਹਾਂ ਲੇਸੜੀ ਵਾਲਾ, ਤਲਵਾੜਾ, ਸ਼ਾਹਪੁਰ, ਬਹੁਦੀਪੁਰ, ਬਰਾਮ, ਦਮੂੜੀ, ਪਟੀਆਂ, 6 ਘਰ 6 ਪਿੰਡਾਂ 'ਚ ਬੈਠੇ। ਫਿਰ ਜਦੋਂ ਹੋਰਨੀ ਪਿੰਨੀ ਪਾਈ ਸਾਨੂੰ 36 ਪਿੰਨੀ ਜ਼ਮੀਨ ਪਈ। ਫਿਰ ਜ਼ਮੀਨ ਦੀ ਕਾਟ ਲੱਗਣ ਬਾਰੇ ਸਰਦਾਰ ਸਰਵਣ ਸਿੰਘ ਇੱਕ ਕਾਰਨ ਵੀ ਦੱਸਦੇ ਹਨ ਜਿਹੜਾ ਕਿ ਮੰਨਣਯੋਗ ਵੀ ਹੈ। ਸਾਨੂੰ ਜ਼ਮੀਨ ਦੀ ਕੱਟ ਕਿਉਂ ਲੱਗੀ? ਜ਼ਮੀਨ ਦੀ ਕੱਟ ਇਸ ਕਰਕੇ ਲੱਗੀ ਵੀ ਸਿੰਧ ਦਾ ਤਬਾਦਲਾ ਨਹੀਂ ਸੀ, ਯੂਪੀ ਦਾ ਤਬਾਦਲਾ ਨਹੀਂ ਸੀ। ਮੁਸਲਮਾਨ ਉੱਦਾਂ ਹੀ ਰਹਿ ਸਕਦੇ ਸੀ, ਸਿੰਧ 'ਚ ਵੀ ਸਿੱਖ ਰਹਿ ਸਕਦੇ ਸੀ। ਸਿੰਧ 'ਚੋਂ ਸਿੱਖ ਜ਼ੋਰ ਨਾਲ ਕੱਢੇ ਗਏ, ਉਹਨਾਂ ਦੀ ਸੁਣਵਾਈ ਨਹੀਂ ਕੀਤੀ ਇਹਨੀ। ਯੂਪੀ ਦੇ ਨਹੀਂ ਕੱਢੇ ਨੇ, ਯੂਪੀ ਦੇ ਰੱਖ ਲੈ। ਸਿੰਧੀ ਲੋਕ ਜਿਹੜੇ ਸੀ ਉਹਨਾਂ ਨੇ ਯੂਪੀ ਜਾਣ ਕੇ ਬਹਿਣਾ ਸੀ ਯੂਪੀ ਦੇ ਤਬਾਦਲੇ 'ਚ। ਜਿਹੋ ਜਿਹਾ ਰਹਿਣ ਸਹਿਣ ਇਹਨਾਂ ਸਿੱਖਾਂ ਦਾ ਲਹਿੰਦੇ ਪੰਜਾਬ ਵਿੱਚ ਸੀ ਉਹ ਇੱਧਰ ਆ ਕੇ ਨਹੀਂ ਬਣ ਸਕਿਆ। 6-6 ਮੁਰੱਬਿਆਂ ਦੇ ਮਾਲਕ ਇੱਥੇ ਮਜ਼ਦੂਰੀਆਂ ਕਰਦੇ ਵੇਖੇ ਗਏ। ਵਿਆਹ ਹੀ ਆਉਂਦੇ, ਹਾਂਜੀ ਵਿਆਹ ਹੀ ਬਾਹਰ ਚੋਂ ਕਿਹੜਾ ਬਾਰੀਏ ਬੰਦੇ ਆਏ ਆ, ਬੜੀ ਮਸ਼ਹੂਰੀ ਸੀ, ਕਹਿੰਦੇ ਕੌਂਦੇ ਚਾਦਰੇ ਚੁਦਰੇ ਲਾਏ ਹੋਣੇ, ਉੱਥੇ ਆਮਦਨ ਬਹੁਤ। ਪਰ ਉੱਥੇ ਦਾ ਰਹਿਣ ਸਹਿਣ ਜਿਹੜਾ ਸਾਡਾ ਮੁਸਲਮਾਨਾਂ ਨਾਲ ਸੀ ਉਹ ਸਾਡਾ ਆਣ ਕੇ ਇੱਥੇ ਸਿੱਖਾਂ ਨਾਲ ਵੀ ਨਹੀਂ ਬਣੇ। ਆਪਣੀ ਤੁਹਾਨੂੰ ਕਹਾਣੀ ਸੁਣਾਉਣਾ, ਮੈਨੂੰ ਮੇਰੇ ਸਾਂਝ ਵਾਲੇ ਬੰਦੇ ਨੇ ਡਿੰਗਲੀਆਂ ਚੰਨਣ ਸੋਨੇ ਕਹਿਤਾ ਵੀ ਤੂੰ ਪੁੰਜੇ ਨਾ ਸੌ ਤਾਂ ਮੰਜਾ ਲਾਇਆ ਕਰੋ। ਮੈਂ ਕਿਹਾ ਵੀ ਚੱਲ ਮੈਂ ਲਾਇਆ ਨਾ। ਮੈਂ ਜਿਸਲੇ ਗਿਆ ਮੈਂ ਅਜੇ ਮੰਜਾ ਅਜੇ ਸਿਰ 'ਤੇ ਰੱਖਣ ਲੱਗਾ ਤਾਂ ਉਹ ਸਾਡੀ ਭਰਜਾਈ ਆ ਗਈ ਚੰਨਣ ਸੋਨੇ ਘਰੋਂ। ਕਹਿੰਦੀ ਵੀ ਕੀ ਗੱਲ ਲੱਗਾ? ਮੈਂ ਕਿਹਾ ਭਾਅ ਜੀ ਨੇ ਕਿਹਾ ਵੀ ਮੰਜਾ ਲਾਇਆ। ਕਹਿੰਦੀ ਉਹ ਤਾਂ ਸਾਰਿਆਂ ਨੂੰ ਲਾਰੇ ਲਾਉਂਦਾ ਰਹਿੰਦਾ, ਰੱਖਦੇ ਮੰਜਾ। ਮੈਂ ਮੰਜਾ ਰੱਖ ਕੇ ਤਾਂ ਮੁੜ ਕੇ ਆਉਣਾ ਹੀ ਸੀ ਪਿੰਡ ਨੂੰ, ਆਵਾਂ ਤਾਂ ਰਾਹ 'ਚ ਫਿਰ ਉਹ ਚੰਨਣ ਸੋਮੇ ਪਿਆ। ਕਹਿੰਦਾ ਕੀ ਗੱਲ ਹੋਈ? ਮੈਂ ਕਿਹਾ ਗੱਲ ਕੀ ਹੋਈ, ਭਾਬੀ ਨੇ ਤਾਂ ਮੰਜਾ ਚੱਕਣ ਹੀ ਨਹੀਂ ਦਿੱਤਾ। ਕਹਿੰਦਾ ਕੋਈ ਗੱਲ ਨਹੀਂ, ਹੁਣ ਇੱਥੇ ਖੂਹ 'ਤੇ ਹੀ ਬੈਠ, ਮੈਂ ਲਿਆਉਣਾ। ਚੰਨਣ ਸੋਨੇ ਆਪ ਮੰਜਾ ਲਿਆ ਕੇ ਦਿੱਤਾ। ਇਹ ਸਾਡੀ ਬੀਤੀ ਤੁਸੀਂ ਸੁਣੋ। ਮੱਕੀ ਦੀ ਰੋਟੀ ਦੇ ਉੱਤੇ ਲੂਣ ਤਾਂ ਮਿਰਚ ਲਾ ਕੇ, ਜੇ ਲੱਸੀ ਇੱਕ ਮੱਝ ਸੀ ਨਾਲਾਂ ਦੇ ਵਿੱਚ, ਉਹ ਕੁੜੀ ਜਿਹੜੀ ਸੀ ਭੈਣੀ ਲੱਗਦੀ ਸੀ ਸਾਡੀ ਦੂਰੋਂ ਨੇੜਿਓਂ, ਮੱਧ ਨੂੰ ਭਾਵਾਂ ਗਲਾਸ ਗਲਾਸ ਲੱਸੀ ਦੇਵੇ ਉਹ ਸਾਰਿਆਂ ਨੂੰ ਦੇ ਦਿੰਦੀ ਸੀ। ਜੇ ਲੱਸੀ ਮਿਲ ਜਾਏ ਤਾਂ ਉਹ ਰੋਟੀ ਖਾਣੀ ਅਤੇ ਲੱਸੀ ਦਾ ਘੁੱਟ ਪੀ ਲੈਣਾ ਤਾਂ ਅਸੀਂ ਸਮਝਦੇ ਸੀ ਬਹੁਤ ਸ਼ੁਕਰੀਆ। ਕੀ ਬਣ ਗਏ ਪਰਿਵਾਰ ਸਾਰਾ ਹੋ ਗਿਆ। ਪਾੜਾ ਪੂੜਾ ਬਾਹ ਲੈਣਾ, ਗੱਡਾ ਬਾਹ ਲੈਣਾ,
ਅੱਡਾ ਪਾ ਕੇ ਗੱਡੇ ਦੇ ਵੀ ਕੁਛ ਨਹੀਂ ਦਿੰਦੇ ਹੁੰਦੇ ਪੈਸੇ, ਐਵੇਂ 10-15 ਰੁਪਈਏ ਦੇਣੇ। ਤਾਂ ਮੈਂ ਤਾਂ ਫਿਰ ਇੱਕ ਵਾਰੀ ਦੇਖਿਆ ਵੀ ਮੈਂ ਗੱਡਾ ਲੈ ਕੇ ਜਾਂਦਾ ਸੀ, ਜਿਹੜੇ ਬੰਦੇ ਉੱਥੋਂ ਬੋਰੀਆਂ ਲਾਉਂਦੇ ਸੀ, ਜਿੰਨੇ ਪੈਸੇ ਮੈਨੂੰ ਗੱਡੇ ਦੇ ਮਿਲਦੇ ਸੀ ਉਨੇ ਪੈਸੇ ਉਹ ਬੋਰੀਆਂ ਲਾਉਣ ਦੇ ਲੈਂਦਾ ਸੀ। ਮੈਂ ਉਹਨੂੰ ਕਿਹਾ ਵੀ ਜੇ ਜੇ ਮੈਂ ਬੋਰੀਆਂ ਲਾ ਲਵਾਂ ਤਾਂ ਫਿਰ ਮੈਨੂੰ ਪੈਸੇ ਦੇ ਦੇਣਾ। ਕਹਿੰਦਾ ਤੇ ਤੋਂ ਲੈਣੀਆਂ ਨਹੀਂ। ਉਹਨੂੰ ਮੇਰਾ ਦੀਦਾ ਵੀ ਸਰੀਰ ਤਾਂ ਪਤਲਾ ਹੀ ਆ, ਔਟਾ ਹੀ ਆ। ਪਰ ਮੈਂ ਕਿਹਾ ਤੈਨੂੰ ਇਸ ਗੱਲ ਖੰਡ ਦੀਆਂ ਬੋਰੀਆਂ ਹੁੰਦੀਆਂ, ਮੈਂ ਲਾਊਂਗਾ, ਲਾ ਕੇ ਪੈਸੇ ਲਊਂਗਾ। ਉਹ ਵੀ ਮੈਂ ਲਾਉਣ ਲੱਗ ਪਿਆ, 5-4 ਰੁਪਈਏ ਉਹ ਬਣ ਜਾਣੇ। ਇੱਕ ਸਾਡੇ ਕੋਲ ਬੋਤਾ ਸੀਗਾ, ਉਹ ਤੱਕ ਤਿਉਂ ਦੋ ਬੋਰੀਆਂ 4 ਬੋਰੀਆਂ ਭਾੜੇ ਦੀਆਂ ਮਿਲ ਜਾਣੀਆਂ, ਉਹ ਵੀ ਲੈ ਆਉਣੀਆਂ। ਬੋਲਦਾਨਾ ਵੀ ਭਾੜਾ ਪਾ ਕੇ ਆਪਣਾ ਗੁਜ਼ਾਰਾ ਕਰਦੇ ਰਹੇ। ਫਿਰ ਜਲੰਧਰੋਂ ਤੇਲ ਡਿਪੂ ਦਾ ਭੱਲਾ ਉੱਥੇ ਹੁੰਦਾ ਸੀ ਡੀਲਰ, ਉਹਦਾ ਤੇਲ ਲਿਆਉਣਾ ਪਿੰਡਾਂ 'ਚ ਦੇ ਕੇ ਆਉਣਾ, ਤਾਂ ਉਹਦੇ ਕੋਲੋਂ ਥੋੜ੍ਹੇ ਵਾਲੇ ਪੈਸੇ ਲੈਣੇ, ਜੋੜੀ ਗੱਡੇ ਨੂੰ ਉਹਨੂੰ ਪਵਾ ਕੇ ਦਿੱਤੇ। ਬਟਵਾਰਾ ਹੋਇਆ ਉਹ ਸਿਰਫ ਸਾਡੇ 36 ਜ਼ਿਲ੍ਹਿਆਂ ਦਾ ਹੋਇਆ, ਹਿੰਦੁਸਤਾਨ ਦਾ ਕੋਈ ਬਟਵਾਰਾ।